orang tak tahu kan. Ini kan. Lah ni tadi sat. ਬੱਬਾ ਜੀ ਥੋੜਾ 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 ਹਾਂ ਠੀਕ ਹੈ ਅਸੀਂ ਗਰਨ ਕੋਲ ਦੱਸੀ ਤਾਂ ਉਹ ਕਿੱਦਾਂ ਹਾਲ ਚੱਲ ਬਾ ਠੀਕ ਠਾਕ ਹੋ ਗਿਆ ਕੰਬੇ ਠੀਕ ਕੇ ਕਰ ਲੂਗਾ ਇਹਨੂੰ ਪੜਾ ਲਓ ਓਏ ਕਿ ਕਰੀ ਚੱਲੋ ਹਲਾ ਹਲਾ ਕਰੀ ਚੱਲੋ खड़े हो उन्हें बाज मारो अंकल जी आयो मारो नहीं देखा ही दाह दियो एक बारी फिर अभी मैच शुरू होने लगा है जी कड़ी कड़ी टीम है नोई तस्लीमा तारी ਕਲੱਬ ਦਾ ਫੁੱਟਬਾਲ ਦਾ ਪਹਿਲਾ ਮੈਚ ਟੂਰਨਾਮੈਂਟ ਦੀ ਸ਼ੁਰੂਆਤ ਹੋ ਰਹੀ ਆ ਰਿਆਜ਼ ਸਪੋਰਟਸ ਕਲੱਬ ਸੀਮਾ ਭਰੀ ਵੱਲੋਂ ਸਰਾਲੀਆ ਦੇ ਗਰਾਊਂਡ ਵਿੱਚ ਜਿਹੜਾ ਪਹਿਲਾ ਮੈਚ ਆ ਗੁਰੂ ਮਾਲੇ ਦੀ ਹਜ਼ੂਰ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਅਤੇ ਮੈਚ ਦੀ ਸ਼ੁਰੂਆਤ ਹੋਣ ਲੱਗੀ ਆ ਅਤੇ ਰੈਫੀ ਸਾਹਿਬ ਸਾਡੇ ਸ਼ਿੰਦਾ ਚੰਦੇਲੀ ਵਾਲਾ ਅਤੇ ਲੈਨਮੈਨ ਅਮਰਜੀਤ ਬਜਾਰੀ ਤੋਂ ਅਤੇ ਸੋਢੀ ਭਾਜੀ ਨਾਗਰਾ ਦੂਜੇ ਪਾਸੇ ਲੈਨਮੈਨ ਆ ਲਓ ਜੀ ਕਰੋ ਇੰਜੋਏ ਮੈਚ ਲੱਗਾ ਜੀ ਸ਼ੁਰੂ ਹੋਣ ਤੇਰੇ ਮਰਜੀ ਪਾਸਾ ਤੋਂ ਹੱਥੀ ਪੈਰ ਨੂੰ ਫਸਾ ਪੂਰੀ ਪੂਰੀ ਆ ਰਹੀ ਪੂਰੀ ਆ ਠੀਕ ਹੈ ਠੀਕ ਹੈ ਮੈਂ ਕਿਹਾ ਫਸਲ ਤੋਂ ਤਾਂ ਤੂੰ ਲੱਗਦੇ ਵਰਦੇ ਚ ਚਾਹੇ ਤੁਸੀਂ ਮਰ ਜਾਓ ਤੈਨੂੰ ਆ ਜਾਓ ਤੂੰ ਕਿਸੇ ਨੂੰ ਕਿਸੇ ਬਾਸ ਤੂੰ ਕੋ ਲੱਗਦਾ ਪਰਦਾ ਮੈਂ ਤੈਨੂੰ ਨਾ ਹੱਥ ਮਾਰ ਗਿਆ ਤੇ ਫਿਰ ਸਾਰਾ ਕੰਮ ਖਰਾਬ ਕਰ ਦੇਣਾ ਹੋਰ ਵੀ ਮੈਂ ਦੱਸਿਆ ਮੈਂ ਤੁਹਾਨੂੰ ਚੱਲ ਰਿਹਾ ਤੇ ਤੁਹਾਨੂੰ ਮੜੀ ਹੱਥ ਮਾਰ ਦੇ ਬੰਦ ਕਰ ਕੰਨ ਪੇ ਚੱਲ ਚੱਲ ਪੀ ਅਗੇ ਚੱਲ ਅਗੇ ਚੱਲ ਅਗੇ ਚੱਲ ਨਹੀਂ ਚੱਲਿਆ ਨਹੀਂ ਲਓ ਜੀ ਮੈਚ ਦੀ ਸ਼ੁਰੂਆਤ ਹੋ ਗਈ ਆ ਇਹ ਜੋ ਕਾਲੀ ਵਰਦੀ ਦੇ ਵਿੱਚ ਟੀਮ ਤੁਸੀਂ ਦੇਖ ਰਹੇ ਆ ਇਹ ਹੈਗੀ ਆ ਜੀ ਸੀਮਾ ਧਾਰੀ ਦੀ ਟੀਮ ਇਹ ਤੋਂ ਜਿਹੜੀ ਹੈਗੀ ਹੈਗੀ ਆ ਲਾਲ ਵਰਦੀ ਇਹ ਹੈਗੀ ਨੋਈ ਦੀ ਟੀਮ Thank you.
ਲੋ ਵੀ ਜਿਹੜਾ ਪਹਿਲਾ ਫੌਲ ਆ ਉਹ ਇਨੋਈ ਨੂੰ ਮਿਲਿਆ ਆ ਇਨੋਈ ਤੋਂ ਬਿੰਦਰ ਲਾਊਗਾ ਨੇ ਵਿਲੱਖਾ ਲਾਉਣ ਲੱਗਾ ਲੱਖਾ ਲਾਉਣ ਲੱਗਾ ਜੀ ਬੰਦਿਆ ਮਾ ਥੋੜਾ ਜਿਹਾ ਓਕੇ ਰਾਜੂ ਬਿੰਦਰ ਨੂੰ ਕਹਾਂ ਬਾਜਾ ਮੋਹ ਨੂੰ ਮਰ ਜਾ ਮਰ ਜਾ ਰਾਜੂ ਪਿੱਛੇ ਰਹਿ ਤੂੰ ਰਾਜੂ ਰਾਜੂ ਸਾਰੇ ਇੱਕ ਉਹ ਫੌਲ ਆ ਬਿੰਦਰ ਭਾ ਖੜ ਜਾ ਬਿੰਦਰ ਲੋਈ ਦਾ ਖਿਡਾਰੀ ਥੋੜਾ ਸੱਤ ਮਹਿਸੂਸ ਕਰਦਾ ਹੋਇਆ ਰਾਜਾ ਠੀਕ ਆ ਵਧੀਆ ਬਹੁਤ ਵਧੀਆ ਮੈਚ ਚੱਲ ਰਿਹਾ ਆ ਥਰੋ ਮਿਲੀ ਆ ਜੀ ਲੋਈ ਨੂੰ ਰਾਜੂ ਲੈ ਰਿਹਾ ਰਾਜੂ ਲੋਈ ਵਾਲਾ ਆਫ ਸਾਈਡ ਦਿੱਤਾ ਜੀ ਅਮਰਜੀਤ ਸਿੰਘ ਸਾਡੇ ਮੁਜਾਰੀ ਵਾਲੇ ਲਾਈਨਮੈਨ ਨੇ ਮੁੰਡਾ ਆਫ ਸਾਈਡ ਦਿੱਤਾ ਆ ਗਿਆਨਾ ਗਿਆਨਾ ਗੋਲਚੀ ਬਹੁਤ ਵਧੀਆ ਗੋਲਚੀ ਆ ਗਿਆਨਾ ਸਾਡੇ ਬਹੁਤ ਹੀ ਪੁਰਾਣਾ ਖਿਡਾਰੀ ਆ ਬਹੁਤ ਹੀ ਸੋਝੇ ਹੋਏ ਖਿਡਾਰੀ ਆ ਦੋਨੇ ਟੀਮਾਂ ਬਰਾਬਰ ਚੱਲ ਰਹੀਆਂ ਆ ਲਓ ਜੀ ਠੀਕ ਅਟੈਕ ਕੀਤਾ ਸੀਗਾ ਸੀਮਾ ਤੁਹਾਡੀ ਟੀਮ ਨੇ ਬਹੁਤ ਵਧੀਆ ਵਧੀਆ ਆ ਰਿਹਾ
ਅਜੇ ਤੱਕ ਦੋਨੇ ਟੀਮਾਂ 0-0 ਦੇ ਮੁਕਾਬਲੇ ਨਾਲ ਖੇਡ ਰਹੀਆਂ ਆ ਲੱਖਾ ਲੈ ਰਿਹਾ ਜੀ ਤੋ ਸੱਤ ਮਿੰਟ ਦੀ ਖੇਡ ਜਿਹੜੀ ਆ ਹੋ ਚੁੱਕੀ ਆ ਲਓ ਜੀ ਟੀਮਾਂ ਧਾਰੀ ਵਾਲਿਆਂ ਅਟੈਕ ਕੀਤਾ ਜੀ ਰਾਜੂ ਡਿਫੈਂਡਰ ਰਾਜੂ ਨੇ ਆਪਣੀ ਟੀਮ ਲਈ ਬਹੁਤ ਵਧੀਆ ਜਿਹੜਾ ਆ ਪ੍ਰਦਰਸ਼ਨ ਕੀਤਾ ਦੋ ਮਿਲੀ ਆ ਜੀ ਟੀਮਾਂ ਧਾਰੀ ਵਾਲਾ ਨੂੰ ਅਟੈਕ ਦੇਖੋ ਜੀ ਉਹ ਨਹੀਂ ਗਈ ਫਿਰ ਟੀਮਾਂ ਤਾਂ ਟੀਮ ਦਾ ਅਟੈਕ ਨਹੀਂ ਬਈ ਆਊਟ ਦੀ ਕਿੱਕ ਲਾ ਰਿਹਾ ਜੀ ਰਾਜੂ ਕਨੋਈ ਤੋਂ ਬਹੁਤ ਹੀ ਪੁਰਾਣਾ ਖਿਡਾਰੀ ਆ ਗਿੰਜੋ ਤੋਂ ਇਹਦਾ ਪਿੰਡ ਬਹੁਤ ਸੋਹਣਾ ਸਾਡੇ ਸ਼ਿੰਦਾ ਭਾ ਚੁੜ ਕੇ ਤੋਂ ਥਰੋ ਲੈਂਦਾ ਹੈਗਾ ਬਹੁਤ ਹੀ ਪੁਰਾਣਾ ਸੋਲਜਾ ਖਿਡਾਰੀ ਆ ਸ਼ਿੰਦਾ ਭਾ ਲਓ ਵੀ ਸਿੰਘ ਨੋਈ ਵਾਲਾ ਅਟੈਕ ਕੀਤਾ ਆਫ ਸਾਈਡ ਸਾਡੇ ਵੱਡੇ ਵੀਰ ਅਮਰਜੀਤ ਸਿੰਘ ਮੁਜਾਰੀ ਵਾਲੇ ਜੋ ਲਾਈਨਮੈਨ ਦੀ ਡਿਊਟੀ ਨਿਭਾ ਰਹੇ ਆ ਆਪਣੀ ਆਫ ਸਾਈਡ ਦਾ ਡਿਸੀਜਨ ਦਿੱਤਾ ਹੈ ਜੀ ਰੈਫੀ ਸਾਹਿਬ ਸਾਡੇ ਛਿੰਦਾ ਚੰਦੇਲੀ ਵਾਲੇ ਬਹੁਤ ਹੀ ਸੋਝੇ ਹੋਏ ਖਿਡਾਰੀ ਆ ਰੈਫੀ ਜੀ ਸੇਵਾ ਨਿਭਾ ਰਹੇ ਅੱਜ ਲਓ ਵੀ ਅੰਦਰ ਨੂੰ ਨੋਈ ਵਾਲੇ ਅਟੈਕ ਦੇ ਮੂਡ ਚ ਨਿੰਦੀ ਨੇ ਟਰਾਈ ਕੀਤੀ ਸੀ ਵੀ ਨਿੰਦੀ ਨੇ
ਆਫਸਾਈਡ ਰਾਮਾ ਰਾਮਾ ਬਾੜੀਆਂ ਵਾਲਾ ਓਲਡ ਇਜ਼ ਗੋਲਡ ਬਹੁਤ ਪੁਰਾਣਾ ਖਿਡਾਰੀ ਹੈ ਜੀ ਅੰਬਾ ਭਰਾ ਸਾਡਾ ਸੀਮਾ ਦਾ ਇੱਥੋਂ ਅੰਬਾ ਭਰਾ ਕਰ ਰਿਹਾ ਕੋਚਿੰਗ ਜੀ ਉਧਰ ਆਪਣਾ ਬਿਲਾਸਪੁਰੀਆ ਭਰਾ ਦਵਿੰਦਰ ਅਟੈਕ ਕੀਤਾ ਸੀ ਬਈ ਮੂਵੀ ਵਾਲੇ ਨੇ ਰਾਜਾ ਓ ਗੁੱਡ ਸੀਮਾ ਧਾਰੀ ਵਾਲੇ ਬਹੁਤ ਵਧੀਆ ਪਰ ਫੇਰ ਅਟੈਕ ਤੇ ਆ ਸੋ ਹੋ ਗਈ ਆ ਜੀ ਫੌਜੀ ਸਾਹਿਬ ਸਾਡੇ ਜੀ ਪਹੁੰਚੇ ਆ ਫੌਜੀ ਸਾਹਿਬ ਪਹੁੰਚੇ ਮੈਚ ਦੇਖਣ ਵਾਸਤੇ ਸਤਨਾਮ ਸਿੰਘ ਜੀ ਢੀਂਡਸਾ ਮੰਗਾ ਭਰਾ ਉਧਰ ਰਾਜਾ ਆਪਣੇ ਸੀਮਾ ਧਾਰੀ ਦੇ ਕਲੱਬ ਦਾ ਗੋਗੀ ਬ੍ਰਦਰ ਸਾਡਾ ਦੇਖੋ ਜੀ ਜਾ ਰਿਹਾ ਆ ਚਿੱਟੇ ਵਾਲ ਹੋ ਗਿਆ ਬੰਦੇ ਦੇ ਉਮਰ ਥੋੜ੍ਹੀ ਆ ਪਰ ਇਹ ਵੀ ਬਹੁਤ ਵਧੀਆ ਖਿਡਾਰੀ ਹੈ ਸਾਡਾ ਦੋ ਭਰਾ ਜੀ ਇਹ ਗੋਗੀ ਤੇ ਰਾਜਾ ਸਾਡੇ ਰਾਜ ਸਟੂਡੀਓ ਵਾਲੇ ਲਾਈਵ ਦਿਖਾ ਰਹੇ ਆ ਬਹੁਤ ਵਧੀਆ ਇਹਨਾਂ ਦਾ ਸਾਡਾ ਹਰੇਕ ਸਾਲ ਸਹਿਯੋਗ ਹੁੰਦਾ ਆ ਬਹੁਤ ਪੁਰਾਣਾ ਸਾਡਾ ਇਹਨਾਂ ਨਾਲ ਪਿਆਰ ਆ ਜੀ ਸਾਨੂੰ 1996-97 ਤੋਂ ਕਹਿ ਸਕਦੇ ਹਾਂ ਸਾਡੇ ਨਾਲ ਜੁੜੇ ਹੋ ਅਸੀਂ ਇਹਨਾਂ ਨਾਲ ਜੁੜੇ ਹਾਂ ਜੋ ਲਾਈਵ ਚੱਲ ਰਿਹਾ ਆ ਯੂਟਿਊਬ ਦੇ ਉੱਤੇ ਲੱਖਾ ਲੋਬ ਅਟੈਕ ਸੀਮਾ ਧਾਰੀਆਂ ਦਾ ਆਫਸਾਈਡ ਸਾਡੇ ਵੀ ਸੋਢੀ ਨਗਰਾਂ ਨੇ ਆਫਸਾਈਡ ਦਿੱਤਾ ਜੀ ਜੀ ਨਿੰਦੀ ਲਾ ਰਿਹਾ ਜੀ ਕੋਰਨਰ ਬਹੁਤ ਸੋਹਣੀ ਕੋਰਨਰ ਉਹ ਟਰਾਈ ਕੀਤੀ ਰਾਮੇ ਨੇ ਜੀ ਯਾਰ ਕਿਹਾ ਪਾਲੇ ਨੇ ਕਿਸੇ ਗਦਰੇ ਸੱਦਿਆ ਯਾਰ
ਸਤਨਾਮ ਸਿੰਘ ਜੀ ਢੀਂਡਸਾ ਸਾਡੇ ਪਹੁੰਚੇ ਹੋ ਜੀ ਮੈਚਾਂ ਦੇ ਉੱਤੇ ਆਪਣੇ ਪਰਾਲੀਆਂ ਤੋਂ ਸਾਡੇ ਵੀਰ ਇਹ ਇਹਨਾਂ ਦਾ ਬਹੁਤ ਸਹਿਯੋਗ ਹੁੰਦਾ ਹਰੇਕ ਸਾਲ ਟੂਰਨਾਮੈਂਟ ਦੇ ਵਿੱਚ ਫੌਲ ਮਿਲਿਆ ਜੀ ਐਨਓਈ ਵਾਲਿਆਂ ਨੂੰ ਆਪਣੇ ਨਿੰਦੀ ਲਾ ਰਿਹਾ ਜੀ ਇਹ ਫੌਲ ਨਿੰਦੀ ਲਾ ਰਿਹਾ ਆ ਬਹੁਤ ਸੋਹਣਾ ਗੋਲਕੀਪਰ ਬਹੁਤ ਸੋਹਣਾ ਵੈਰੀ ਗੁੱਡ ਬਹੁਤ ਸੋਹਣੀ ਟਰਾਈ ਸੀ ਨਿੰਦੀ ਦੀ ਡਾਇਰੈਕਟ ਗੋਲਾਂ ਦੇ ਵਿੱਚ ਪਰ ਗੋਲਕੀਪਰ ਨੇ ਬਹੁਤ ਹੀ ਸਮਝਦਾਰੀ ਦੇ ਨਾਲ ਬਾਲ ਨੂੰ ਆਊਟਸਾਈਡ ਭੇਜ ਦਿੱਤਾ ਆ ਥਰੋ ਮਿਲੀ ਆ ਜੀ ਹੁਣ ਨੋਈ ਵਾਲਿਆਂ ਨੂੰ ਓ ਬਿੰਦਰ ਪਰਾਲੀਆ ਬਹੁਤ ਹੀ ਪੁਰਾਣਾ ਖਿਡਾਰੀ ਜੀ ਨੇ ਟਰਾਈ ਕੀਤੀ ਸੀਗੀ ਬਹੁਤ ਸੋਹਣੀ ਟਰਾਈ ਸੀਗੀ ਬਿੰਦਰ ਪਰਾਲੀਆ ਦੀ ਇਸ਼ਾਰਾ ਕਰਦੇ ਨੇ ਹਾਂਜੀ ਦੇਖੋ ਜੀ ਦਰਸ਼ਕ ਵੀਰ ਬਹੁਤ ਹੁੰਮ ਹੁਮਾ ਕੇ ਪਹੁੰਚੇ ਹੋਏ ਆ ਸਾਡੇ ਪੈਤਰੋ ਸਾਹਿਬ ਸੀਮਾ ਧਾਰੀ ਤੋਂ ਸਾਈਂ ਭਾਅ ਜੀ ਸਾਡੇ ਸੀਮਾ ਧਾਰੀ ਤੋਂ ਚੂਰਕੇ ਤੋਂ ਸੁਰਜੀਤ ਸਿੰਘ ਜੀ ਸਾਡੇ ਭਾਅ ਜੀ ਬਹੁਤ ਦੂਰੋਂ ਦੂਰੋਂ ਸੰਗਤ ਆਈ ਆ ਸੇਵਾ ਸਿੰਘ ਜੀ ਲੰਬੜਦਾਰ ਸਾਹਿਬ ਸਾਡੇ ਪ੍ਰਧਾਨ ਸਾਹਿਬ ਬੂਟਾ ਸਿੰਘ ਜੀ ਡੱਲੇਵਾਲ ਤੋਂ ਸਾਰੇ ਇਲਾਕੇ ਦੀ ਸੰਗਤ ਦਾ ਬਹੁਤ ਸਹਿਯੋਗ ਹੁੰਦਾ ਸਾਨੂੰ ਹਰੇਕ ਸਾਲ ਟੂਰਨਾਮੈਂਟ ਦੇ ਵਿੱਚ ਜੋ ਹੁੰਮ ਹੁੰਮਾ ਕੇ ਪਹੁੰਚਦੇ ਆ ਸਰਦਾਰ ਗੁਰਬਚਨ ਸਿੰਘ ਜੀ ਡਾਕਟਰ ਸਾਹਿਬ ਸਾਡੇ ਵੀ ਪਹੁੰਚੇ ਹੋਏ ਆ ਸਾਰੇ ਹੀ ਦਰਸ਼ਕਾਂ ਦਾ ਜਿੰਨੀਆਂ ਵੀ ਪਹੁੰਚੀਆਂ ਸ਼ਖਸੀਅਤਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਧੰਨਵਾਦ ਰੱਖਦੇ ਹਾਂ ਲੰਬੜ ਸਾਡਾ ਜਗਪਾਲਪੁਰ ਤੋਂ ਇਹ ਵੀ ਆਇਆ ਜੀ ਪਹੁੰਚਿਆ ਆ ਸ਼ਰਮਾ ਸਾਹਿਬ ਸਾਡੇ ਲਵਾਦੀਆ ਤੋਂ ਜੋਤੀ ਹੁਣੀ ਕਬੱਡੀ ਖਿਡਾਰੀ ਜੋਤੀ ਉਹ ਵੀ ਪਹੁੰਚੇ ਆ ਮੈਚਾਂ ਦੇ ਵਿੱਚ ਵਾਦੀਆ ਤੋਂ ਤੱਕ ਸੰਗਤ ਪਹੁੰਚੀ ਹੈ ਜੀ ਰਾਜੇ ਹੁਣੀ ਜੋਤੇ ਹੁਣੀ ਰਾਜਾ ਅਟਵਾਲ ਉਹ ਟਰਾਈ ਓ ਨੋ ਇਹ ਬਾੜੀਆਂ ਵਾਲਾ ਮਾਰ ਗਿਆ ਬਾਹਰ ਕਿੱਕ ਬਹੁਤ ਹੀ ਸੁਨਹਿਰੀ ਮੌਕਾ ਮਿਲਿਆ ਸੀਗਾ ਜੀ ਬਹੁਤ ਜ਼ਿਆਦਾ ਸੁਨਹਿਰੀ ਮੌਕਾ ਸ਼ਰਮਾ ਸਾਡਾ ਹਰਦਵਾਲ ਫਰਾਲੇ ਤੋਂ ਕਬੱਡੀ ਖਿਡਾਰੀ ਸਾਡਾ ਉਹ ਵੀ ਪਹੁੰਚਿਆ ਆ ਸੋਢੀ ਨਾਗਰਾ ਜੇਠੂ ਮੁਜਾਰਾ ਸਾਡਾ ਭਰਾ ਵੱਡਾ ਜੋ ਲਾਈਨਮੈਨ ਦੀ ਡਿਊਟੀ ਨਿਭਾ ਰਹੇ ਆ ਇਹਨਾਂ ਦਾ ਬੇਟਾ ਜਿਹੜਾ ਆ ਜੋਤਾ ਕਬੱਡੀ ਬਹੁਤ ਸੋਹਣੀ ਖੇਡਦਾ ਸੀ ਮਧਾਰੀ ਵੱਲੋਂ ਉਹ ਮਾਰ ਗਿਆ ਇਹ ਜੀ ਆਪਣੇ ਜੋਤੀ ਮੁੰਡਾ ਲਵਾਦੀਆ ਤੋਂ ਕਬੱਡੀ ਖਿਡਾਰੀ ਲੰਬੜਦਾਰ ਸਾਹਿਬ ਨਾਲ ਆ ਰਹੇ ਆ ਜੀ ਸਾਰੇ ਦਰਸ਼ਕ ਸਾਡੇ ਪਹੁੰਚੇ ਹੋ ਜੀ ਉਮਰਦਾਰ ਸਾਡੇ ਸੇਵਾ ਸਿੰਘ ਜੀ ਸਹੋਤਾ ਇਹਨਾਂ ਦਾ ਸੰਨ 1999 ਤੋਂ ਟੂਰਨਾਮੈਂਟ ਕਰਾ ਰਿਹਾ ਜੀ ਹਰਜੀਤ ਬਰਾੜ ਬਾਜਾ ਖਾਨਾ ਦੇ ਨਾਂ 'ਤੇ ਪ੍ਰਬੰਧਕਾਂ ਦੇ ਤੌਰ 'ਤੇ ਸੇਵਾ ਨਿਭਾ ਰਹੇ ਆ 1999 ਤੋਂ ਜਿਨ੍ਹਾਂ ਦੇ ਸਾਥ ਸਾਡੇ ਦਾਰਾ ਸਿੰਘ ਭੁੱਲਰ ਜੋ ਕਿ ਸ਼ਿੰਗਾਰੇ ਚਾਚੇ ਦੇ ਨਾਂ ਨਾਲ ਸਾਰੇ ਜਾਣਦੇ ਆ ਸੀਮਾ ਧਾਰੀ ਦੇ ਵਿੱਚ ਉਹਨਾਂ ਦਾ
ਬਹੁਤ ਸਮਾਂ ਹੋ ਗਿਆ ਉਹਨਾਂ ਨੂੰ ਸ਼ਿੰਗਾਰਾ ਸਿੰਘ ਜੀ ਸਾਡੇ ਧਮਾਈ ਤੋਂ ਉਹਨਾਂ ਦੇ ਭਤੀਜੇ ਜੋਗਾ ਸਿੰਘ ਭਾਣਜਾ ਆਪਣੇ ਇੰਦਰਜੀਤ ਸਿੰਘ ਗਿੱਲ ਬਹੁਤ ਭਰਾਵਾਂ ਵਾਲਾ ਪਿਆਰ ਆਪਣਾ ਨਾਂ ਦਾ ਸਾਰਿਆਂ ਦਾ ਅਤੇ ਰਾਏ ਸਟੂਡੀਓ ਵਾਲਾ ਤਾਂ ਫਿਰ ਤੁਹਾਨੂੰ ਪਤਾ ਹੀ ਆਪਣਾ ਲਵ ਜੂ ਪਹਿਲਾਂ ਤੋਂ ਆ ਅਤੇ ਚੱਲ ਰਿਹਾ ਸਾਡਾ ਆਪਣਾ 99 ਤੋਂ ਜੀ ਲਓ ਜੀ ਆਫਸਾਈਡ ਦਾ ਰੌਲਾ ਚੱਲ ਰਿਹਾ ਜੀ ਆਫਸਾਈਡ ਦਿੱਤਾ ਸੀ ਅਤੇ ਦੁਬਾਰਾ ਫਿਰ ਸ਼ੁਰੂ ਆ ਸਟਾਰਟ ਹੈ ਕੰਮ ਹਾਂ ਲਓ ਜੀ ਫੌਜੀ ਸਾਹਿਬ ਸਾਡੇ ਧਾਲੀਵਾਲ ਮੈਚਾਂ 'ਤੇ ਪਹੁੰਚੇ ਆ ਮੰਗਾ ਭੋਗਪੁਰ ਡਿਪਟੀ ਸਾਡਾ ਮੇਟਾ ਗੰਢਮਾ ਤੋਂ ਸਲਾਹ ਮਸ਼ਵਰਾ ਕਰ ਰਹੇ ਫੌਜੀ ਸਾਹਿਬ ਹੁਣੀ ਚੱਲਦੇ ਮੈਚ ਵਿੱਚ ਇਹਨਾਂ ਦੀਆਂ ਸੇਵਾਵਾਂ ਹੁੰਦੀਆਂ ਜੀ ਸਾਡੀਆਂ ਫੌਜੀ ਸਾਹਿਬ ਦੀਆਂ ਲੰਗਰ ਦੇ ਵਿੱਚ ਜੋ ਡਿਊਟੀ ਆ ਪੱਚੀ ਮਿੰਟ ਦੀ ਜਿਹੜੀ ਖੇਡ ਹੋ ਚੁੱਕੀ ਹੈ ਜੀ ਪੂਰੀ ਅਤੇ 0-0 ਦੇ ਨਾਲ ਬਰਾਬਰ ਜਿਹੜੀਆਂ ਟੀਮਾਂ ਖੇਡ ਰਹੀਆਂ ਆ ਬਹੁਤ ਸੋਹਣਾ ਗਿਆਨੀ ਬਹੁਤ ਸੋਹਣਾ ਗਿਆਨੀ ਬਹੁਤ ਸੋਹਣਾ ਗਿਆਨੀ ਸੋਹਣੀ ਸ਼ਾਟ ਟਰਾਈ ਬਹੁਤ ਵਧੀਆ ਸੀ ਮੁੰਡੇ ਦੀ ਕੋਈ ਬਹੁਤ ਸੋਹਣੀ ਟਰਾਈ ਸੀਗੀ ਟੀਮਾਂ ਦੋਨੇ ਬਹੁਤ ਸੋਹਣਾ ਖੇਡ ਰਹੀਆਂ ਆ ਬਾਕੀ ਰਨਿੰਗ ਕਿਸੇ ਦਾ ਨਾ ਉਹਨੂੰ ਪਤਾ ਨੂੰ ਪਾਲ ਤੂੰ ਆਪਣਾ ਬਹੁਤਾ ਕੰਟਰੋਲ ਚ ਆਪਣੇ ਦੇ ਗਿਆਨਾ ਸਾਡਾ ਗੋਲਕੀਪਰ ਥੋੜ੍ਹੀ ਸੱਟ ਮਹਿਸੂਸ ਕਰਦਾ ਹੋਇਆ ਸੋਨੂੰ ਅਤੇ ਰਾਜੂ ਮੁਢਲੀ ਸਹਾਇਤਾ ਦਿੰਦੇ ਹੋਏ ਮੈਚ ਹਾਫ ਟਾਈਮ ਦੇ ਲਾਗੇ ਜਾ ਰਿਹਾ ਆ 0-0 ਨਾਲ ਅਤੇ ਦੂਜੀਆਂ ਟੀਮਾਂ ਵੀ ਤਿਆਰੀ ਕਰ ਰਹੀਆਂ ਆ ਵੈਰੀ ਗੁੱਡ ਦੂਜੀਆਂ ਟੀਮਾਂ ਵੀ ਤੁਸੀਂ ਦੇਖ ਸਕਦੇ ਹਾਂ ਤਿਆਰੀ ਕਰ ਰਹੀਆਂ ਆ ਪਿੰਦੂ ਭਰਾ ਸਾਡਾ ਜੀ ਆ ਗਿਆ ਪਿੰਦੂ ਭਰਾ ਧਮਾਈ ਤੋਂ
ਸਿੰਧੂ ਸਾਡਾ ਫੁੱਟਬਾਲ ਦਾ ਖਿਡਾਰੀ ਹੈ ਜੀ ਇਹ ਵੀ ਸੀਮਾ ਧਾਰੀ ਵੱਲੋਂ ਇਹ ਵੀ ਪਹੁੰਚ ਗਏ ਸਾਡੇ ਕੋਲ ਧਮਾਈ ਤੋਂ ਬੱਲੀ ਭਾਜੀ ਸਾਡੇ ਬੱਲੀ ਭਾਜ ਚੰਦੇਲੀ ਤੋਂ ਹੈਂਡਬਾਲ ਦੀ ਅਪੀਲ ਕੀਤੀ ਸੀ ਮੁੰਡੇ ਤੇ ਹੈਂਡਬਾਲ ਮਿਲ ਗਿਆ ਜੀ ਮੁੰਡਾ ਸੱਟ ਮਹਿਸੂਸ ਕਰਦਾ ਹੋਇਆ ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਵੀ ਖਿਡਾਰੀਆਂ ਨੂੰ ਸੱਤਾਂ ਚੋਟਾਂ ਤੋਂ ਦੂਰ ਰੱਖਣ ਅਤੇ ਹੱਸਦੇ ਖੇਡਦੇ ਸੋਹਣੇ ਲੱਗਦੇ ਆ ਕੁਛ ਠੀਕ ਹੈ ਜੀ ਵਧੀਆ ਮਹਿਸੂਸ ਕਰ ਰਿਹਾ ਮੁੰਡਾ ਪਾਣੀ ਪਾ ਰਹੇ ਆ ਬਹੁਤ ਵਧੀਆ ਬਹੁਤ ਵਧੀਆ ਰਾਜਾ ਆਪਣਾ ਨੂੰ ਵਾਲਾ ਜੀ ਸਾਡੀ ਸੀਮਾ ਧਾਰੀ ਟੀਮ ਜਿਹੜੀ ਇਹਨਾਂ ਦੀ ਖੇਡ ਰਹੀ ਆ ਰਾਜਾ ਅਤੇ ਅੰਬਾ ਇਹਨਾਂ ਦੀ ਟੀਮ ਖੇਡ ਰਹੀ ਆ ਹਾਂਜੀ ਉਹ ਆਪਣੀ ਆ ਫਿਰ ਥਰੋ ਮਿਲੀ ਆ ਸੀਮਾ ਧਾਰੀ ਨੂੰ ਗੋਲਾਂ ਦੇ ਨਜ਼ਦੀਕ ਜਾ ਰਿਹਾ ਹੌਲੀ ਹੌਲੀ ਰਾਜਾ ਗੋਲ ਕਾਂਚ ਕਿੱਥੇ ਨਹੀਂ ਆਈ ਇਹਦਾ ਗੋਲ ਆ ਜਾਂਦਾ ਰਾਮੇ ਟਰਾਈ ਕੀਤੀ ਸੀ ਜੀ ਬਿਲਕੁਲ ਪੋਲਾਂ ਦੇ ਕੋਲ 'ਚ ਰਾਮਾ ਦੋ ਤਿੰਨ ਟਰਾਈਆਂ ਕਰ ਚੁੱਕਾ ਆ ਕਿਸਮਤ ਕੁਛ ਸਾਥ ਨਹੀਂ ਦੇ ਰਹੀ ਅੱਜ ਵਧੀਆ ਪ੍ਰਦਰਸ਼ਨ ਕਰ ਚੱਲਦਾ ਜੀ ਬਹੁਤ ਸੋਹਣਾ ਮੈਚ ਚੱਲਦਾ ਹੋਇਆ ਹਾਫ ਟਾਈਮ ਦੇ ਲਾਗੇ ਜਾ ਰਹੇ ਆ ਸਾਡੇ ਰਾਏ ਸਟੂਡੀਓ ਵਾਲੇ ਵੀ ਦਿਨ ਪਰ ਦਿਨ ਕੋਈ ਨਾ ਕੋਈ ਤਕਨੀਕ ਲੈ ਹੀ ਆਉਂਦੇ ਆ ਨਵੀਂ ਲਾਈਵ ਚਲਾਉਣ ਵਾਸਤੇ ਬਹੁਤ ਸੋਹਣਾ ਉਹਨਾਂ ਦਾ ਜਿਹੜਾ ਚੱਲ ਰਿਹਾ ਆ ਬਹੁਤ ਵਧੀਆ ਸਾਡੇ ਰਾਏ ਸਟੂਡੀਓ ਸਾਡੇ ਅਪਰੇ ਦੇ ਲਾਗੇ ਪਿੰਡ ਪੈਂਦਾ ਜੀ ਮੋਰੋਂ ਮੋਰੋਂ ਮੰਡੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਸਾਡੇ ਗੁਆਂਢੀ ਖੇੜੀਆਂ ਤੋਂ ਮੋਰੋਂ ਨੇੜੇ ਨੇੜੇ ਹੀ ਆ ਜੀ ਫਿਰ ਟਰਾਈ 'ਤੇ ਨਹੀਂ ਬਈ ਜੋਗੀ ਸਾਹਿਬ ਸਾਡੇ ਉੱਧਰ ਪ੍ਰੀਤੀ ਦੀ ਟੀਮ ਵੀ ਤਿਆਰ ਹੋ ਰਹੀ ਹੈ ਜੀ
ਰੂਪੀ ਵਾਲੇ ਵੀ ਸਾਡੇ ਪਹੁੰਚੇ ਹੋ ਭਰਾ ਸਾਡੇ ਫੁੱਟਬਾਲ ਦੀ ਟੀਮ ਲੈ ਕੇ ਉੱਧਰ ਦਵਿੰਦਰ ਦਾ ਪੂਰਾ ਜ਼ੋਰ ਲੱਗਾ ਆ ਬਹੁਤ ਸੋਹਣੀ ਤਕਨੀਕ ਨਾਲ ਬਹੁਤ ਸੋਹਣੀ ਤਕਨੀਕ ਨਾਲ ਖੇਡ ਰਹੇ ਆ ਸਿਮਧਾਰੀ ਵਾਲੇ ਵੀ ਪੰਜਾਬ ਮੁੰਡੇ ਦਾ ਨਾਂ ਜੀ ਪੰਜਾਬ ਕਿੰਨੇ ਸੋਹਣੇ ਪਿਆਰੇ ਪਿਆਰੇ ਨਾਂ ਆ ਖਿਡਾਰੀਆਂ ਦੇ ਪੰਜਾਬ ਬਹੁਤ ਸੋਹਣੇ ਸੋਹਣੇ ਪਿਆਰੇ ਨਾਂ ਆ ਪੰਜਾਬ ਬਹੁਤ ਵਧੀਆ ਟਰਾਈ ਪਰ ਆਊਟ ਸਾਡੀ ਕਲੱਬ ਦੇ ਮੈਂਬਰ ਰਾਣਾ ਅਮਰਜੀਤ ਯੂਪੀ ਤੋਂ ਆ ਸਾਡੇ ਇਹ ਭਾਜੀ ਹੋਣੀ ਜੀਆਂ ਨੂੰ ਵੈਲਕਮ ਆਖਦੇ ਉਹਨਾਂ ਦਾ ਵੀ ਕੋਰਨਰ ਲਾ ਰਹੇ ਆ ਮੇਰੇ ਹਿਸਾਬ ਨਾਲ ਦੂਜੀ ਕੋਰਨਰ ਮਿਲੀ ਆ ਜੀ ਟੀਮ ਮੈਚ ਦੇ ਵਿੱਚ ਇਹ ਪਹਿਲਾਂ ਵੀ ਉਸੇ ਖੁੰਜੇ ਵਿੱਚ ਸੀ ਹੁਣ ਵੀ ਉਸੇ ਖੁੰਜੇ ਵਿੱਚ ਆ ਦੂਜੀ ਕੋਰਨਰ ਉਸੇ ਖੁੰਜੇ ਵਿੱਚ ਆ ਉਸੀ ਸਾਈਡ 'ਤੇ ਆ ਸੋਨੂ ਲਾ ਰਿਹਾ ਜੀ ਨੋਈ ਵਾਲਾ ਜਨੋਹਾ ਪਿੰਡ ਇਹਦਾ ਲਓ ਜੀ ਲਓ ਜੀ ਟਾਈਮ ਵੀ ਨੇੜੇ ਜਾ ਚੁੱਕਾ ਆ ਦੋ ਜਾਂ ਚਾਰ ਮਿੰਟ ਦੇ ਵਿੱਚ ਵਿੱਚ ਜਿਹੜਾ ਹਾਫ ਟਾਈਮ ਹੈ ਹੋ ਜਾਣਾ ਪਹਿਲਾ ਹਾਫ ਰਾਜੂ ਲਾ ਰਿਹਾ ਜੀ ਕੋਰਨਰ ਬਹੁਤ ਸੋਹਣੀ ਕੋਰਨਰ ਬਹੁਤ ਨਹੀਂ ਬਈ ਇਹ ਨਹੀਂ ਬਈ ਹਾਂਜੀ ਸਾਡਾ ਵਿੱਕੀ ਭਰਾ ਵਿੱਕੀ ਕੱਲ ਰਹੀ ਆ ਅਤੇ ਸਾਡਾ ਭਤੀਜ ਨਾਲ ਪਹੁੰਚਿਆ ਆ ਜੁਝਾਰ ਸਿੰਘ ਕੱਲ ਰਹੀ ਆ ਰੌਣਕ ਵਧਾ ਰਹੇ ਆ ਜੀ ਬੱਚੇ ਛੋਟੇ ਛੋਟੇ ਲਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇਹ ਜੋ ਮੈਚ ਚੱਲ ਰਿਹਾ ਸੀ ਸੀਮਾਧਾਰੀ ਅੰਬਾ ਦੇ ਰਾਜਾ ਕਲੱਬ ਵਰਸਿਸ ਇਲੋਈ ਇਹਦੇ ਵਿੱਚ ਹਾਫ ਟਾਈਮ ਦਾ ਜੋ ਸਮਾਂ ਹੋ ਚੁੱਕਾ ਆ ਦੋਨੇ ਟੀਮਾਂ 0-0 ਨਾਲ ਬਰਾਬਰ ਆ ਬਹੁਤ ਸੋਹਣਾ ਮੈਚ ਚੱਲ ਰਿਹਾ ਆ ਅਤੇ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਵੀ ਕਿਸੇ ਵੀਰ ਨੇ ਮੈਚ ਦੇਖਣੇ ਆ
ਉਹ ਰਾਏ ਸਟੂਡੀਓ ਯੂਟਿਊਬ ਦੇ ਉੱਤੇ ਜਿਹੜਾ ਚੈਨਲ ਪੇਜ ਹੈ ਇਹਨਾਂ ਦਾ ਉੱਤੇ ਤੁਸੀਂ ਦੇਖ ਸਕਦੇ ਹਾਂ ਅਤੇ ਜੇ ਕਿਸੇ ਨੂੰ ਨਹੀਂ ਵੀ ਪਤਾ ਤੁਸੀਂ ਜਿਹੜੇ ਦੇਖ ਰਹੇ ਹਾਂ ਦਰਸ਼ਕ ਇੱਕ ਦੂਜੇ ਨੂੰ ਫੋਨ ਲਾ ਕੇ ਤੁਸੀਂ ਦੱਸ ਸਕਦੇ ਹਾਂ ਅਤੇ ਮੈਨੂੰ ਵੀ ਇੱਕ ਦੋ ਬੰਦੇ ਫੋਨ ਆਇਆ ਵੀ ਲਾਈਵ ਕਿੱਥੇ ਚੱਲਦੇ ਆ ਅਤੇ ਮੈਂ ਦੱਸਣਾ ਚਾਹੁੰਦਾ ਸਾਰੇ ਦਰਸ਼ਕਾਂ ਜਿਹੜੇ ਯੂਟਿਊਬ ਦੇਖ ਰਹੇ ਹਾਂ ਲਾਈਵ ਅਤੇ ਉਹ ਆਪਣੇ ਗਾਂਹ ਵਿੱਚ ਸੱਜਣਾ ਮਿੱਤਰਾਂ ਨੂੰ ਦੱਸ ਦੇਣ ਜਿਹੜਾ ਵੀ ਦੇਖਣਾ ਚਾਹੁੰਦਾ ਮੇਲਾ ਸੀਮਾਧਾਰੀ ਦਾ ਆਜ਼ਾਦ ਸਪੋਰਟਸ ਕਲੱਬ ਵੱਲੋਂ ਦਾ ਹਰ ਇੱਕ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਆ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਅਤੇ ਜਿਹਨੂੰ ਕਵਰੇਜ ਕਰਦੇ ਆ ਸਾਡੇ ਹਰੇਕ ਸਾਲ ਰਾਏ ਸਟੂਡੀਓ ਵਾਲੇ ਮੋਰੋਂ ਵਾਲੇ ਭਾਜੀ ਹੋਣੀ ਆਪਣਾ ਗੁਆਂਢੀ ਪਿੰਡ ਆ ਅਤੇ ਜਿੰਨੇ ਵੀ ਮੇਲੇ ਜਿੰਨੇ ਵੀ ਵਿਆਹ ਗਰੀਸ ਦੇ ਵਿੱਚ ਹੁੰਦੇ ਆ ਖੁਸ਼ੀਆਂ ਦੇ ਪਲ ਜਿਹੜੇ ਆ ਉਹ ਉਹਨਾਂ ਨੂੰ ਕੈਦ ਕਰਕੇ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ ਕੈਦ ਨੂੰ ਧਰਮਾਰ ਕਰਦੇ ਇਹਨਾਂ ਦਾ ਵੀ ਅਤੇ ਜੁੜੇ ਰਹੋ ਫੁੱਟਬਾਲ ਦਾ 10-15 ਮਿੰਟ ਬਾਅਦ ਫਿਰ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਜਿੰਦੇ ਵਾਸਤੇ ਰਹੋ ਫੇਸਬੁੱਕ ਨੂੰ ਚੱਲਿਆ ਹੈ ਨਾ ਸਹੀ ਸਹੀ ਹਾਂ 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 ਇਹ ਵਧੀਆ ਗੱਲ ਹੈ ਫੌਜੀ ਸਾਹਿਬ ਸਾਡੇ ਫੌਜੀ ਸਾਹਿਬ ਧਾਰੀਵਾਲ ਸਾਹਿਬ ਸਾਡੇ ਜੂਸ ਦੀ ਜੋ ਕਮੇਟੀ ਵੱਲੋਂ ਆ ਸੇਵਾ ਕਰ ਰਹੇ ਖਿਡਾਰੀਆਂ ਦੀ ਅਤੇ ਫੌਜੀ ਸਾਹਿਬ ਨੂੰ ਰਿਕੁਐਸਟ ਕਰਦੇ ਸਾਨੂੰ ਵੀ ਪਹੁੰਚਦਾ ਕਰ ਦਿਓ ਤਾਂ ਵਧੀਆ ਗੱਲ ਆ ਪਹੁੰਚਦਾ ਕਰ ਦਿਓ ਦਿਖਾਲਦਾ ਇਸ਼ਾਰੇ ਮਾਰਦਾ ਚਲ ਕੋਈ ਗੱਲ ਨਹੀਂ ਭਰਾ ਸਾਡਾ ਲੈ ਕੇ ਆਇਆ ਸਾਡੇ ਲਈ ਫੌਜੀ ਸਾਹਿਬ ਧਾਰੀਵਾਲ ਸਾਹਿਬ ਇਹਨਾਂ ਦਾ ਸਾਡਾ ਕਬੱਡੀ ਦੇ ਬਹੁਤ ਪੁਰਾਣੇ ਖਿਡਾਰੀ ਸਾਡੇ ਰਹਿ ਚੁੱਕੇ ਆ ਅਤੇ ਹੁਣ ਇਹਨਾਂ ਦਾ ਜਿਹੜਾ ਗੁਰੂ ਘਰ ਦੇ ਵਿੱਚ ਜੋ ਪ੍ਰੋਗਰਾਮ ਚੱਲਦੇ ਉਹਨਾਂ ਦੇ ਵਿੱਚ ਸੇਵਾ ਨਿਭਾਉਂਦੇ ਆ ਇਹ ਲੰਗਰ ਹਾਲ ਦੀ ਜਿੰਨੀ ਵੀ ਸਾਰੀ ਇਹਨਾਂ ਦੀ ਹੁਣ ਦੀ ਆ ਜੀ ਡਿਊਟੀ ਆ ਇਹਨਾਂ ਦੀ ਅਤੇ ਮੰਗਾ ਆਪਣਾ ਪੁਰਾਣਾ ਖਿਡਾਰੀ ਫੁੱਟਬਾਲ ਦਾ ਇਹ ਵੀ ਪਹੁੰਚਿਆ ਆ ਅਤੇ ਕੁਛ ਰੁਝੇਵਿਆਂ ਕਰਕੇ ਕੁਛ ਖਿਡਾਰੀ ਨਹੀਂ ਪਹੁੰਚੇ ਕੁਛ ਦਰਸ਼ਕ ਨਹੀਂ ਪਹੁੰਚੇ ਉਹ ਮੁੰਡੇ ਨੂੰ ਫੜ ਕੇ ਆ ਇੰਜੋਏ ਕਰ ਰਹੇ ਜੀ ਖਿਡਾਰੀ ਸਾਡੇ ਸ਼ਰਮਾ ਕਬੱਡੀ ਵਾਲਾ ਜੋਤਾ ਲਵਾਦੀਆ ਵਾਲਾ ਕਲਰੀਆ ਮਨਜੋਤ ਆਪਣਾ ਲਵਾਦੀਆ ਵਾਲਾ ਅਤੇ ਰਾਜਾ ਸੁਣਾਓ ਜੀ ਕਿੱਦਾਂ ਠੀਕ ਠਾਕ ਹੈ ਜੀ ਸਭ ਠੀਕ ਠਾਕ ਨੇ ਆ ਲਓ ਫਿਰ ਖਤਮ ਆ ਗਏ ਬਾਅਦ 'ਚ ਚੁੱਪ ਕਰਕੇ
ਕਿਦਾਂ ਤੁਹਾਡੀ? ਠੀਕ ਠਾਕ। ਲਓ ਜੀ ਹਾਫ ਟਾਈਮ। ਠੀਕ ਹੈ ਜੀ, ਸ਼ਰਮਾ ਸਾਹਿਬ ਸਾਡੇ ਪਹੁੰਚੇ ਜੀ ਮੈਚ ਦੀ ਰੌਣਕ ਵਧਾਉਣ ਵਾਸਤੇ। ਅਤੇ ਲਓ ਜੀ ਕਰਨ ਜੀ ਸਹੂਲਤਾਂ ਸਾਡੇ ਸੇਵਾ ਸਿੰਘ ਸਹੂਲਤਾਂ ਦੇ ਲਫਤੀ ਜਿਗਰ ਕਬੱਡੀ ਖਿਡਾਰੀ ਅਤੇ ਸਾਡਾ ਕੁਲਜੀਤਾ ਰੈਪਰ ਡੱਬੇ ਤੋਂ ਕਬੱਡੀ ਖਿਡਾਰੀ ਰੇਡਰ ਸਾਡੇ ਸੀਮਾਧਾਰੀ ਆਜ਼ਾਦ ਸਪੋਰਟਸ ਕਲੱਬ ਦੇ ਅਸੀਂ ਪਹੁੰਚੇ ਆ, ਰੌਣਕ ਵਧਾਉਣ ਆਏ ਆ ਜੀ। ਅਸੀਂ ਅਸੀਂ ਗੱਲ ਅੱਗੇ ਜੀ ਹੌਲੀ ਹੌਲੀ ਸੰਗਤ ਪਹੁੰਚ ਰਹੀ ਹੈ ਜੀ। ਵਧੀਆ ਵਧੀਆ ਲਾਈਵ ਤੁਸੀਂ ਦੇਖ ਰਹੇ ਹਾਂ। ਪਰਾਲੀ ਵਾਲੀ ਗਰਾਊਂਡ ਦੇ ਵਿੱਚ ਜਿਹੜਾ ਦੂਜਾ ਹਾਫ ਸ਼ੁਰੂ ਹੋਣ ਲੱਗਾ ਆ ਅੰਬਾ ਸਾਹਿਬ, ਅੰਬਾ ਭਾਈ ਸਾਡਾ ਡੰਡੇ ਵਾਲੀ ਆ ਅੰਬਾ ਸੀਮਾ ਦੇ ਜਿਹੜਾ ਡਿਸਕਸ਼ਨ ਕਰ ਰਹੇ ਆ ਜੀ ਦੋ ਬਾਰੇ ਰਾਜਾ ਅਤੇ ਦਵਿੰਦਰ ਭਾਅ ਸਾਡਾ ਡਿਸਕਸ਼ਨ ਚੱਲ ਰਹੀ ਹੈ ਜੀ। ਹਾਫ ਟਾਈਮ ਤੋਂ ਸ਼ੁਰੂ ਹਾਫ ਟਾਈਮ ਸ਼ੁਰੂ ਹੋਣਾ ਆ। ਮਨਜੋਤ ਰਾਜਾ ਸਾਡਾ ਮੁੰਡਾ ਆਪਣਾ ਗੋਲਕੀਪਰ ਆ ਵਿੱਕੀ ਬਾਦਸ਼ਾਹ ਗੋਲਕੀਪਰ ਸਾਡਾ ਆਪਣਾ ਸੀਮਾ ਧਾਰੀ ਟੀਮ ਦਾ ਡਿਸਕਸ਼ਨ ਚੱਲ ਰਹੀ ਹੈ ਹਾਫ ਟਾਈਮ ਤੋਂ ਬਾਅਦ ਜੀ ਚੱਲ ਰਿਹਾ ਬਈ ਰਣਨੀਤੀ ਕਿਹੜੀ ਕੀਤੀ ਜਾਵੇ। ਠੀਕ ਹੈ ਜੀ, ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆ ਜੀ, ਆਇਆਂ ਨੂੰ ਵੈਲਕਮ ਕਰੋ, ਇੰਜੋਏ। ਲਓ ਜੀ ਮੈਚ ਸ਼ੁਰੂ ਹੋਣ ਲੱਗਾ ਆ ਸਾਡੇ ਸ਼ਿੰਦਾ ਵੀਰ ਸਾਡਾ ਚੰਦੇਲੀ ਵਾਲਾ ਹੈਪੀ ਹੈਪੀ ਸਾਡਾ ਛੋਟਾ ਭਰਾ ਨਵੀਆਂ ਨਵੀਆਂ ਤਕਨੀਕਾਂ ਰਾਏ ਸਟੂਡੀਓ ਵਾਲੇ ਲਿਆ ਰਹੇ ਆ ਸਾਡੇ ਵਾਸਤੇ ਸਾਡੇ ਟੂਰਨਾਮੈਂਟਾਂ ਨੂੰ ਉੱਚਾ ਚੁੱਕਣ ਦੇ ਲਈ। ਹੈਪੀ ਸਾਡਾ ਛੋਟਾ ਭਰਾ ਨਿਊ ਜਨਰੇਸ਼ਨ ਸਾਡੀ ਜਿਹੜੀ ਇਹ ਨਵੀਆਂ ਨਵੀਆਂ ਤਕਨੀਕਾਂ ਲੈ ਕੇ ਆ ਰਹੇ ਆ, ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ। ਦੂਸਰਾ ਹਾਫ ਟਾਈਮ ਸ਼ੁਰੂ ਜੀ ਚੰਦੇ ਚੰਦੇਲੀਆ ਦੀ ਵਿਸਲ ਦੇ ਨਾਲ ਬਹੁਤ ਸੋਹਣਾ। ਹੋਰ ਜਿੰਨੇ ਵੀ ਮੇਰੇ ਵੀਰ ਸਾਰੇ ਪਹੁੰਚੇ ਇੱਥੇ ਜਿਨ੍ਹਾਂ ਦਾ ਨਾਂ ਨਹੀਂ ਵੀ ਮੇਰੇ ਤੋਂ ਲਿਆ ਹੋਇਆ ਕੋਈ ਵੀਰ ਮੇਰਾ ਮਾਇੰਡ ਨਹੀਂ ਕਰਨਾ, ਸਾਰਿਆਂ ਦਾ ਵੈਲਕਮ ਧੰਨਵਾਦ ਤੁਹਾਡਾ ਉੱਥੇ ਪਹੁੰਚਣ 'ਤੇ। ਲਓ ਜੀ ਨਿੰਦੀ ਨੇ ਟਰਾਈ ਕੀਤੀ ਸੀ ਜੀ ਸਾਡੇ ਤਨਾਗਰੇ ਤੋਂ ਪੁਰਾਣੇ ਖਿਡਾਰੀ ਸਾਡੇ ਭਾਲੇ ਹੋਣੀ ਇਹ ਵੀ ਪਹੁੰਚੇ ਆ ਬਿੰਦੇ ਹੋਣੀ ਤਨਾਗਰੇ ਤੋਂ ਤਨਾਗਰੇ ਟੀਮ ਫੁੱਟਬਾਲ ਦੀ ਸੁਣਦੀ ਸੀ ਜੀ ਸਾਡੀ ਅਤੇ ਉਹ ਵੀ ਪਹੁੰਚੇ ਆ, ਧੰਨਵਾਦ ਉਹਨਾਂ ਦਾ ਵੀ। ਲਓ ਜੀ ਫੌਲ ਜੀ ਸਾਡਾ ਵੀ ਅਮਰਜੀਤ ਨਜ਼ਾਰੀ ਵਾਲਾ ਘੰਡੀ ਖੜੀ ਕਰਦੇ ਵੀ ਫੌਲ ਆ
ਬਹੁਤ ਲੱਕੀ ਜਾਨ ਸੀਗਾ ਬਈ ਬਹੁਤ ਵਧੀਆ ਪਾਸਿੰਗ ਦੀ ਰਣਨੀਤੀ ਆਫਸਾਈਡ ਆਫਸਾਈਡ ਲਾਈਨਮੈਨ ਦੀਆਂ ਜਿਹੜੀਆਂ ਨਿਭਾ ਰਹੇ ਆ ਸਾਡੇ ਜ਼ਿੰਮੇਵਾਰੀਆਂ ਸਾਡੇ ਵੱਡਾ ਭਾਈ ਸੋਢੀ ਨਾਗਰਾਜ ਤੁੰਗੇੜ ਤੋਂ ਅਤੇ ਅਮਰਜੀਤ ਸਿੰਘ ਮਜਾਰੀ ਵਾਲੇ ਫਾਊਲ ਸ਼ਿੰਦੇ ਚੰਦੇਲੀਵਾਲ ਜੀ ਦਿਸਲ ਕਹਿ ਰਹੀ ਹੈ ਵੀ ਫਾਊਲ ਹੈ ਜੀ ਸਾਰੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ ਪਿਆਰ ਨਾਲ ਖੇਡੋ ਬਹੁਤ ਸੋਹਣਾ ਬਹੁਤ ਸੋਹਣਾ ਸੋਨੂੰ ਸੋਨੂੰ ਜਲੋਈਆ ਬੈਕ ਕਿਤੇ ਆ ਜੀ ਬਹੁਤ ਵਧੀਆ ਜਗਾਰ ਸਿੰਘ ਸਾਡਾ ਲਾਸੇ ਜਿਗਰ ਜਿਸ ਕੰਟਰੀ ਵਿੱਚ ਆਪਾਂ ਰਹਿੰਦੇ ਹਾਂ ਬੱਚੇ ਸਾਡੇ ਉਸ ਕੰਟਰੀ ਦੇ ਤੌਰ ਤਰੀਕੇ ਜਿਹੜੇ ਬਹੁਤ ਬਾਖੂਬ ਜਾਣਦੇ ਆ ਅਤੇ ਜਗਾਰ ਸਿੰਘ ਸਾਡਾ ਕਹਿੰਦਾ ਬਈ ਰੋਟੀ ਪੀ ਕੇ ਰੱਖੀ ਉਹਦਾ ਕਹਿੰਦਾ ਮੈਂ ਸਿੱਟ ਕੇ ਆਉਣੀ ਆ ਡਸਟਬਿਨ ਦੇ ਵਿੱਚ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਸੋਚਿਆ ਬੱਚਿਆਂ ਵਾਸਤੇ ਵੀ ਅਤੇ ਸਾਡੇ ਵਾਸਤੇ ਵੀ ਅਸੀਂ ਵੀ ਇਹਨਾਂ ਨੂੰ ਦੇਖ ਦੇਖ ਕੇ ਕੁਛ ਕੀਏ ਲਓ ਜੀ ਮੈਚ ਦੇ ਵਿੱਚ ਆਈਏ ਸਲੋ ਲਾਈ ਆ ਜੀ ਬਹੁਤ ਹੀ ਵਧੀਆ ਚਾਂਸ ਕਹਿ ਸਕਦੇ ਹਾਂ ਅਸੀਂ ਸੀਮਾ ਧਰ ਦੀ ਟੀਮ ਨੂੰ ਮਿਲਿਆ ਸੀ ਬਹੁਤ ਵਧੀਆ ਚਾਂਸ ਬੈਡ ਲੱਕ ਨਹੀਂ ਗੋਲ ਕਰ ਸਕੇ ਭਾਜੀ ਅੱਜ ਭੱਜ ਗਏ ਮੁੰਡੇ ਟਰਾਈ ਕੀਤੀ ਸੀ ਮੁੰਡੇ ਨੇ ਪਰ ਨਹੀਂ ਨੋਈ ਵਾਲੇ ਚੇਂਜ ਕਰ ਰਹੇ ਖਿਡਾਰੀ ਸਾਡੇ ਸੋਨੂੰ ਜਨੋਈਆ ਜੋ ਉਹਨਾਂ ਦੇ ਕਈਆਂ ਦਿਨਾਂ ਤੋਂ ਪੱਟ ਦੇ ਉੱਤੇ ਮਸਲ ਖਿੱਚ ਹੋਏ ਆ ਜਿਹਦੇ ਕਰਕੇ ਉਹ ਆਫ ਖੇਡ ਕੇ ਬਾਹਰ ਆਏ ਆ ਬਹੁਤ ਵਧੀਆ ਚਲੋ ਲਓ ਜੀ ਟਰਾਈ ਕੀਤੀ ਇਹ ਬਹੁਤ ਵਧੀਆ ਚਾਂਸ ਉਹ ਨਹੀਂ ਬਈ ਨਹੀਂ ਲਓ ਜੀ ਦਾਰਾ ਸਿੰਘ ਜੀ ਭੁੱਲਰ ਸਾਡੇ ਸ਼ਿਕਾਰਾ ਚਾਚਾ ਜਿਨ੍ਹਾਂ ਦਾ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ
ਪਹੁੰਚ ਗਏ ਸਾਡੇ ਕੋਲ ਬਹੁਤ ਹੀ ਸਹਿਯੋਗ ਹੈ ਸਾਡਾ ਇਹਨਾਂ ਦਾ ਸਾਨੂੰ 1999 ਤੋਂ ਐਨ ਮੋਢੇ ਨਾਲ ਮੋਢਾ ਲਾ ਕੇ ਇਹ ਮੋਹਰੇ ਹੋ ਕੇ ਟੂਰਨਾਮੈਂਟ ਕਰਵਾ ਰਹੇ ਆ ਅਤੇ ਹਰੇਕ ਸਾਲ ਇਹਨਾਂ ਦੀ ਸ਼ਬੀਰ ਦੀ ਸੇਵਾ ਵੀ ਹੁੰਦੀ ਆ ਪ੍ਰੋਗਰਾਮ ਦੇ ਉੱਤੇ ਅਤੇ ਫੋਨਾਂ 'ਤੇ ਫੋਨ ਸਾਡੇ ਵੱਜ ਰਹੇ ਆ ਜਿਹੜੇ ਦਰਸ਼ਕ ਸਾਡੇ ਭਰਾ ਘਰ ਆ ਪੁੱਛ ਰਹੇ ਆ ਹਾਂਜੀ ਫੁੱਟਬਾਲ ਦਾ ਮੇਰੇ ਭਾਅ ਜੀ ਚੱਲਦਾ ਆ ਜੀ ਸਾਡੇ ਲਾਈਵ ਚੱਲ ਰਿਹਾ ਯੂਟਿਊਬ 'ਤੇ ਮੈਂ ਇਸ ਟਾਈਮ ਦੱਸ ਰਿਹਾ ਸਾਡੇ ਭੋਲਾ ਕਲੇਰ ਜੀ ਸਾਡੇ ਸਾਨੂੰ ਫੋਨ ਲਾ ਕੇ ਆਇਆ ਉਹਨਾਂ ਦਾ ਪੁੱਛ ਰਹੇ ਆ ਜਾਣਕਾਰੀ ਲੈ ਰਹੇ ਆ ਅਤੇ ਭੋਲੇ ਭਾਅ ਜੀ ਮੈਚ ਆਪਣੇ ਬਰਾਲੀ ਵਾਲੀ ਗਰਾਊਂਡ 'ਚ ਚੱਲ ਰਿਹਾ ਪਹਿਲਾ ਹਾਫ ਖੇਡ ਚੁੱਕੇ ਆ ਸੀਮਾ ਧਾਰੀ ਅਤੇ ਨੋਇਜ਼ ਦੀ ਟੀਮ ਖੇਡ ਰਹੀ ਆ ਹਾਂਜੀ ਵੀਰ ਜੀ ਕਾਸ਼ੀ ਬਹੁਤ ਵਧੀਆ ਓਏ ਓਏ ਪਿੱਛੇ ਲੈ ਲਾ ਉਹਨੇ ਨਾਲ ਹੌਲਾ ਮਾਤਾ ਕਰਾ ਲੈ ਪਿੱਛੇ ਮੇਜਰ ਸਾਡਾ ਵੀਰ ਮੇਜਰ ਹੀ ਪਹੁੰਚਿਆ ਜੀ ਕਬੱਡੀ ਦਾ ਬਹੁਤ ਹੀ ਸੁਪਰਸਟਾਰ ਖਿਡਾਰੀ ਹੈ ਸਾਡਾ ਮੇਜਰ ਸੀਮਾ ਧਾਰੀ ਪੰਜਾਬ ਸਪੋਰਟਸ ਕਲੱਬ ਇਹਨਾਂ ਨੂੰ ਜੀਆਂ ਨੂੰ ਵੈਲਕਮ ਆਖਦੇ ਹਾਂ ਲਓ ਜੀ ਸੂਟ ਕਿਸਮਤ ਫਿਰ ਸਾਥ ਦੇ ਕੇ ਬਈ ਸੀਮਾ ਧਾਰੀ ਆ ਬਹੁਤ ਵਧੀਆ ਟਰਾਈ ਸੀ ਕੋਚ ਵੱਜ ਕੇ ਵਾਪਸ ਆਇਆ ਜੀ ਲਓ ਬਈ ਮੈਚ ਥੋੜ੍ਹਾ ਹੁਣ ਤੇਜ਼ੀ ਵੱਲ ਵੱਧ ਰਿਹਾ ਆ ਆਫਸਾਈਡ ਜਿੱਦਾਂ ਜਿੱਦਾਂ ਟਾਈਮ ਨੇੜੇ ਜਾਈ ਜਾਣਾ ਆ ਉੱਦਾਂ ਉੱਦਾਂ ਮੈਚ ਜਿਹੜਾ ਉਹ ਥੋੜ੍ਹਾ ਜਿਹਾ ਉਹਦੇ ਵਿੱਚ ਮੈਚ ਦੇ ਵਿੱਚ ਤੇਜ਼ੀ ਆਈ ਜਾਣੀ ਆ
ਫੌਜੀ ਅਫਸਰ ਲਾਉਣ ਲੱਗਾ ਲੱਖਾ ਵੈਰੀ ਗੁੱਡ ਰਾਜੇ ਨੂੰ ਫੋਨ ਲੱਗਾ ਜੀ ਰਾਜਾ ਥੋੜ੍ਹੀ ਸੱਟ ਮਹਿਸੂਸ ਕਰਦਾ ਹੋਇਆ ਉਹ ਸਾਹਮਣੇ ਸਾਡੇ ਨਜ਼ਰ ਆ ਰਹੇ ਆ ਕੁਲਵੀਰ ਸਿੰਘ ਗਾਬਰੂ ਅਤੇ ਨਾਲ ਉਹਦੇ ਰਾਮਪਾਲ ਵੀ ਪਹੁੰਚੇ ਆ ਹੌਲੀ ਹੌਲੀ ਜਿੱਦਾਂ ਸਾਡੇ ਦਰਸ਼ਕ ਨਿਗਾਹ ਪੈ ਜਾਂਦੇ ਸਾਡੇ ਅਸੀਂ ਇੰਟਰੋਡਕਸ਼ਨ ਕਰਾਈ ਜਾਣੀ ਆ ਸਾਡੇ ਅਮਰਜੀਤ ਸਿੰਘ ਜੀ ਉਹ ਵੀ ਆ ਰਾਣਾ ਸਾਡਾ ਵੀਰ ਆ ਗਿਆ ਜੀ ਰਾਣਾ ਆਇਆ ਜੀ ਸਾਡਾ ਸੈਕਟਰੀ ਸਾਹਿਬ ਸਾਡੇ ਉਹ ਨਹੀਂ ਸੈਕਟਰੀ ਸੇਵਾ ਨਿਭਾ ਰਿਹਾ ਜੀ ਜੇ ਮਾਇਆ ਆ ਰਹੀ ਆ ਫਿਰ ਉਹ ਲਿਖ ਲਿਖ ਜੀ ਸਾਡਾ ਇਹ ਕੋਈ ਚੱਲਦਾ ਹੁੰਦਾ ਆ ਲਓ ਜੀ ਸ਼ੂਟ ਲਾਈ ਆ ਜੀ ਇਹ ਉਹ ਵੈਰੀ ਗੁੱਡ ਲਓ ਬਈ ਬਹੁਤ ਸੋਹਣੀ ਉਹ ਮੁੰਡਾ ਸੱਟ ਮਹਿਸੂਸ ਕਰਦਾ ਹੋਇਆ ਸੱਟ ਮਹਿਸੂਸ ਕਰਦਾ ਹੋਇਆ ਖਿਡਾਰੀ ਆ ਗਿਆ ਸਾਡਾ ਨੱਠ ਭੱਜ ਪਈ ਹੋ ਜੀ ਟੀਮ ਦੇ ਸਪੋਂਸਰ ਆ ਇਹ ਸੀਮਾ ਧਾਰੀ ਟੀਮ ਦੇ ਸਪੋਂਸਰ ਆ ਭਲਵਾਨ ਦਾ ਪੱਕਾ ਨਾਂ ਕੀ ਭਲਵਾਨ ਬਲਵਿੰਦਰ ਸਿੰਘ ਲਓ ਜੀ ਮੈਚ ਦੁਆਰਾ ਸਟਾਰਟ ਹੋ ਗਿਆ ਆ ਰੈਫੀ ਸਾਹਿਬ ਸਾਡੇ ਕੁਛ ਡਿਸਕਸ਼ਨ ਦੇ ਰਹੇ ਆ ਸਾਡੀ ਟੀਮ ਦੇ ਕਲੱਬ ਦੇ ਮੈਂਬਰ ਜਿਹੜੇ ਡਿਸਕਸ਼ਨ ਕਰ ਰਹੇ ਆ ਰਣਨੀਤੀ ਬਣਾ ਰਹੇ ਆਉਣ ਵਾਲੀ ਮੈਚਾਂ ਦੀ ਬਹੁਤ ਸੋਹਣਾ ਨਹੀਂ ਯਾਰ ਨਹੀਂ ਓ ਯਾਰ ਕਾਮਨ ਬਾਤ ਓ ਭਾਜੀ ਬਾਤ ਦਾ ਕਾਮਨ ਜਾ ਰਿਹਾ ਤੂੰ ਬੰਦਾ ਨੂੰ ਪਿੱਛੇ ਹਾਂਜੀ ਅੰਬਾ ਸਾਡਾ ਭਰਾ ਆਪਣੀ ਟੀਮ ਦੇ ਲਈ ਜਦੋਂ ਜਦ ਕਰਦਾ ਹੋਇਆ ਚਲੋ ਕੋਚਾਂ ਨੂੰ ਹੁੰਦਾ ਹੀ ਆ ਵੀ ਜਿਹਨੇ ਟੀਮਾਂ ਇਕੱਠੀਆਂ ਕੀਤੀਆਂ ਆ ਨਹੀਂ ਫਿਰ ਇਸ ਵਾਰ ਸ਼ੂਟ ਮਾਨ 'ਚ ਫੇਲ ਚਲੋ ਟਰਾਈ ਟਰਾਈ ਅਗੇਨ ਦੇਖਦੇ ਕੀ ਹੁੰਦਾ ਹੁਣ
ਲੋ ਜੀ ਸਾਡੇ ਚਾਚਾ ਸ਼ਿਕਾਰਾ ਜੀ ਆਪਣੇ ਪਿੰਡ ਨੂੰ ਹੌਸਲਾ ਵਜਾ ਦਿੰਦੇ ਹੋਏ ਬਹੁਤ ਸੋਹਣਾ ਫਿਰ ਹੌਸਲਾ ਵਜਾ ਦੇਣੀ ਚਾਹੀਦੀ ਵੀ ਆਪਣੇ ਪਿੰਡ ਦੇ ਆ ਜਾਂ ਹੋਣ ਜਾਂ ਆਪਣੇ ਬੱਚੇ ਆ ਬਹੁਤ ਵਧੀਆ ਚਾਚਾ ਦੱਸ ਰਿਹਾ ਆ ਇਹਦੇ ਖਾਨਦਾਨ 'ਚ ਫੁੱਟਬਾਲ ਹੈ ਜੀ ਖਾਨਦਾਨੀ ਮੁੰਡੇ ਫੁੱਟਬਾਲ ਖੇਡ ਰਹੇ ਆ ਡੈਡੀ ਹੁਣੀ ਇਹਨਾਂ ਦੇ ਚਾਚੇ ਬਾਬੇ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਆ ਬਹੁਤ ਸੋਹਣਾ ਪ੍ਰਦਰਸ਼ਨ ਕਰ ਰਹੇ ਆ ਮੁੰਡੇ ਅਤੇ ਦਰਸ਼ਕ ਇੰਜੋਏ ਕਰ ਰਹੇ ਆ ਨਹੀਂ ਬਈ ਆਫ ਸਾਈਡ ਦੇ ਤਾ ਜੀ ਨਹੀਂ ਗੋਲ ਨਹੀਂ ਜੀ ਕਹਿੰਦੇ ਆਫ ਸਾਈਡ ਆ ਨਹੀਂ ਜੀ ਨਹੀਂ 0-0 ਉਹ ਡਿਸੀਜਨ ਜਿਹੜਾ ਉਹ ਰੈਫਰੀ ਸਾਹਿਬ ਨੇ ਦਿੱਤਾ ਵੀ ਨਹੀਂ ਬਹੁਤ ਸੋਹਣਾ ਸ਼ਾਨਦਾਰ ਗੋਲ ਕੀਤਾ ਸੀ ਪਰ ਨਹੀਂ ਆਫ ਸਾਈਡ ਹੋਣ ਕਰਕੇ ਜਿਹੜਾ ਗੋਲ ਆ ਕੈਂਸਲ ਕੀਤਾ ਗਿਆ ਆ ਜੋ ਲਾਈਨਮੈਨ ਦਾ ਡਿਸੀਜਨ ਸੀ ਉਹ ਆਫ ਸਾਈਡ ਦਾ ਸੀਗਾ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਸੀ ਮੁੰਡਿਆਂ ਨੇ ਮਾਨਾ ਮਾਨਾ ਪਹੁੰਚਿਆ ਵੀ ਪਾਕਿਸਤਾਨੀ ਖਿਡਾਰੀ ਸਾਡਾ ਕਬੱਡੀ ਦਾ ਦਰਸ਼ਕ ਹੁਮ ਹੁਮਾ ਕੇ ਪਹੁੰਚ ਰਹੇ ਆ ਕਬੱਡੀ ਦਾ ਬਹੁਤ ਸਾਰਾ ਖਿਡਾਰੀ ਹੈ ਜੀ ਪਹੁੰਚੇ ਜੀ ਕਿੱਦਾਂ ਭਾਅ ਜੀ ਠੀਕ ਹੋ ਬਹੁਤ ਵਧੀਆ ਮਾਨਾ ਬਹੁਤ ਸੋਹਣਾ ਖਿਡਾਰੀ ਹੈ ਜੀ ਸਾਡਾ ਕਬੱਡੀ ਦਾ ਇਹ ਡੀਲੈਕਸੀ ਟੀਮ ਵੱਲੋਂ ਖੇਡਦਾ ਆ ਬਹੁਤ ਵਧੀਆ ਖਿਡਾਰੀ ਬਹੁਤ ਸੋਹਣਾ ਮੂਵੀ ਬਣਵਾਉਣਾ ਅਨਾਉਂਸਮੈਂਟ ਕਰਦਾ ਪਿਆ ਤੁਹਾਨੂੰ ਮੈਂ ਖੇਡਦਾ ਬਹੁਤ ਅੱਛਾ ਹਾਂਜੀ ਹੌਲੀ ਹੌਲੀ ਦਰਸ਼ਕ ਪਹੁੰਚ ਰਹੇ ਆ ਸਾਰੇ ਇੱਥੇ ਆਪਣੇ ਕਬੱਡੀ ਖਿਡਾਰੀ ਪਹੁੰਚ ਰਹੇ ਆ ਡੀਲੈਕਸੀ ਦੀ ਕਬੱਡੀ ਦੇ ਖਿਡਾਰੀ ਸਾਰੇ ਪਹੁੰਚੇ ਆ ਆਪਣੇ ਬਣਦਾ ਇੱਕ ਹੋਰ ਚਾਂਸ ਮਿਲਿਆ ਆ ਨੋਈ ਦੀ ਟੀਮ ਨੂੰ ਫੌਲ ਲਾਉਣ ਲਈ ਨਿੰਦੀ ਵਧਿਆ ਜੀ
ਜਿੰਨੀ ਗਰਾਇਆ ਪੋਰਾ ਕਬੱਡੀ ਨੂੰ ਹੋਣੀ ਨਹੀਂ ਹੁੰਦੀ ਵਧੀਆ ਰੌਣਕ ਪਹਿਲਾਂ ਬਾਦਾ ਟੀਮਾਂ ਵਧੀਆ ਹੋਈ ਘਰ ਵਿੱਚ ਮਿਲ ਪੀੜਾ ਕਾਰ ਜੀ ਨਹੀਂ ਮਿਲ ਗਿਆ ਯਾਰ ਬਹੁਤ ਵਧੀਆ ਡਿਸੀਜਨ ਛਿੰਦੇ ਚਿੰਦੀ ਵਾਲੇ ਦਾ ਬਹੁਤ ਸੋਹਣਾ ਹਾਫ ਟਾਈਮ ਤੋਂ ਬਾਅਦ ਜੋ 20 ਮਿੰਟ ਦੀ ਗੇਮ ਖੇਡ ਹੋ ਚੁੱਕੀ ਆ ਮਿੰਟ 15 ਹੋ ਰਿਹਾ ਜੀ ਖਿਡਾਰੀਆਂ ਦੇ ਕੋਲ ਬਹੁਤ ਸੋਹਣਾ ਓ ਵੈਲ ਬਹੁਤ ਸੋਹਣੀ ਟਰਾਈ ਸੀ ਮੁੰਡੇ ਦੀ ਨਵਜੋਤ ਸਾਡੇ ਧਮਾਈ ਵਾਲਾ ਮੁੰਡਾ ਜੀ ਸਰਦਾਰ ਜਿਸ ਦਾ ਖੇਡ ਰਿਹਾ ਆ ਰਾਜਾ ਮੰਗਲ ਰੋਡ ਤੋਂ ਟੀਮ ਲੈ ਕੇ ਪਹੁੰਚਿਆ ਜੀ ਬਹੁਤ ਸੋਹਣਾ ਲੱਖਾ ਮੈਨ ਆ ਗਿਆ ਇਨੋ ਜੀ ਟੀਮ ਚੇਂਜ ਕਰ ਰਹੀ ਹੈ ਜੀ ਜਿੱਦਾਂ ਜਿੱਦਾਂ ਟਾਈਮ ਲਾਗੇ ਹੋਈ ਜਾਂਦਾ ਖਤਮ ਹੁੰਦਾ ਗੇਮ ਉੱਦਾਂ ਉੱਦਾਂ ਤੇਜ਼ ਹੋ ਰਹੀ ਹੈ ਜੀ ਬਹੁਤ
ਸਾਡੇ ਭਾਈ ਜਗਦੀਪ ਸਿੰਘ ਜੀ ਤੁਸੀਂ ਪਹੁੰਚੇ ਸਾਡੇ ਕੋਲ ਜੈਂਕੂ ਭਰਾ ਸਾਡਾ ਰੌਣਕ ਵਧਾਉਣ ਲਈ ਪਹੁੰਚੇ ਸਾਡੇ ਕੋਲ ਸਰਹਾਲ ਮੁੰਡੀ ਪਿੰਡ ਹੈ ਜੀ ਲਓ ਜੀ ਚੇਂਜ ਜੀ ਰਾਜਾ ਜੀ ਚੇਂਜ ਕਰ ਰਿਹਾ ਆਪਣੀ ਟੀਮ ਨੂੰ ਧਮਾਈ ਦਾ ਇੱਕ ਹੋਰ ਵੀ ਟੀਮ ਦੇ ਵਿੱਚ ਵੜ ਗਿਆ ਪੰਮੀ ਸਾਡਾ ਬਰਦਰ ਸੀਗਾ ਅੰਦਰ ਬਾਲ ਵੜ ਕੇ ਲਿਆ ਅੰਦਰ ਲੈ ਤੂੰ ਹੁਣੇ ਨਮਾ ਹੀ ਵੜਿਆ ਉਹਦਾ ਲੜਕਾ ਆ ਜੀ ਇਹ ਜਿਹੜਾ ਹੁਣ ਚੇਂਜ ਕੀਤਾ ਆ ਰਾਜੇ ਅੰਬੇ ਹੁਣੀ ਉਹਨੇ ਟੀਮ ਨੂੰ ਧਮਾਈ ਦੇ ਬਹੁਤ ਮੁੰਡੇ ਖੇਡਦੇ ਜੀ ਟੀਮ ਵੱਲੋਂ ਸਿਮਤਾਰੀ ਟੀਮ ਵੱਲੋਂ ਗਿਆਨ ਸਿੰਘ ਦੇ ਹੱਥਾਂ 'ਚ ਬਾਲ ਗੋਲਕੀਪਰ ਸਾਡੇ ਸਾਰੇ ਹੀ ਸਪੋਰਟਰਾਂ ਦਾ ਫੁੱਲ ਜ਼ੋਰ ਲੱਗ ਰਿਹਾ ਜਿੱਦਾਂ 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 ਟਾਈਮ ਘਟੀ ਜਾ ਰਿਹਾ ਆ ਉਦੋਂ ਉਦੋਂ ਸਪੋਰਟਰਾਂ ਦਾ ਜਿਹੜਾ ਜ਼ੋਰ ਆ ਉਹ ਵਧੀ ਜਾ ਰਿਹਾ ਹੈ ਦੋਨੇ ਹੀ ਟੀਮਾਂ ਬਰਾਬਰ ਖੇਡ ਰਹੀਆਂ 0-0 ਤੇ ਜ਼ੋਰ ਵੀ ਬਰਾਬਰ ਹੀ ਆ ਕਦੇ ਉਹ ਬਾਲ ਲੈ ਜਾਂਦੇ ਆ ਤੇ ਕਦੇ ਉਹ ਲੈ ਜਾਂਦੇ ਆ ਜਦੋਂ ਬਾਲ ਹੱਥ ਆਏ ਤਾਂ ਧੁਰੇ ਮੋੜ ਕੇ ਲਿਆਉਂਦੇ ਆ ਜੀ
ਕੇਰਲਾ ਡਿਫੈਂਡਰ ਬਹੁਤ ਹੀ ਲੱਕੀ ਚਾਂਸ ਬਹੁਤ ਜ਼ਿਆਦਾ ਲੱਕੀ ਚਾਂਸ ਮਿਲਿਆ ਸੀ ਨੋਈ ਦੀ ਟੀਮ ਨੂੰ ਬਹੁਤ ਹੀ ਸੋਹਣਾ ਖੇਡ ਕੇ ਲੱਗਿਆ ਸੀ ਬਾਲ ਫਾਉਲ ਲਾਲ ਲਾਲ ਕਰਦੇ ਪਿੰਡ ਜੀ ਨੂੰ ਬਿੰਦਰ ਭਰਾ ਸਾਡਾ ਪਰਾਲੀਆ ਤੋਂ ਬਹੁਤ ਹੀ ਵਧੀਆ ਖਿਡਾਰੀ ਆ ਬਹੁਤ ਅੱਛਾ ਇਨਸਾਨ ਆ ਉਹ ਵੀ ਗੇਮ ਆਪਣੀ ਵਧੀਆ ਦਿਖਾ ਕੇ ਆਰਾਮ ਦੇ ਪਲ ਕਰ ਰਹੇ ਆ ਫਿਰ ਲੋਈ ਵਾਲੇ ਬਾਲ ਵਧਾ ਰਹੇ ਆ ਲੱਖਾ ਲੱਖੇ ਟਰਾਈ ਕੀਤੀ ਸੀ ਸਿੰਘਾ ਜੀ ਚੰਦੇਲੀ ਵਾਲੇ ਸਾਡੇ ਰੈਫਰੀ ਸਾਹਿਬ ਫੋਲ ਦੇ ਰਹੇ ਆ ਠੀਕ ਹੈ ਸੋਨੇ ਜੀ ਸਾਡਾ ਲੈ ਰਿਹਾ ਜੀ ਫਿਰ ਅਮਰਜੀਤ ਸਿੰਘ ਇੰਜੀਨੀਅਰੀ ਵਾਲੇ ਸਾਡੇ ਲਾਈਨਮੈਨ ਦੀ ਡਿਊਟੀ ਨੂੰ ਮਾਰਿਆ ਥਰੋ ਦੇ ਰਹੇ ਆ ਜੀ ਡਿਸੀਜਨ ਆਪਣਾ ਇੰਦਰਜੀਤ ਸਿੰਘ ਸਾਡਾ ਵੀਰ ਮੋਲੇ ਤੋਂ ਵੀ ਪਹੁੰਚ ਗਿਆ ਸਾਡੇ ਕੋਲ ਬਹੁਤ ਵਧੀਆ ਫਿਰ ਚਾਂਸ ਇੱਕ ਮਿਲਿਆ ਸੀਗਾ ਨਵੀਂ ਦੀ ਟੀਮ ਨੂੰ ਅੱਜ ਦੋਹਾਂ ਟੀਮਾਂ ਦੀ ਜਿਹੜੀ ਕਿਸਮਤ ਕਹਿ ਸਕਦੇ ਹਾਂ ਸਾਥ ਨਹੀਂ ਦੇ ਰਹੀ ਗੋਲਾਂ ਵਿੱਚ ਬਾਲ ਲੈ ਕੇ ਜਾਂਦੇ ਆ ਪਰ ਨਹੀਂ ਟਾਈਮ ਵੀ ਬਹੁਤ ਨਜ਼ਦੀਕ ਹੋ ਚੁੱਕਾ ਬਸ
4 ਜਾਂ 5 ਮਿੰਟ ਇਹ ਹੋਰ ਜੱਸੀ ਭਾਈ ਸਾਡੇ ਪਹੁੰਚ ਗਏ ਜੀ ਸੀਵੇ ਤੋਂ ਸਾਡੇ ਫੁੱਟਬਾਲ ਦੇ ਪੁਰਾਣੇ ਖਿਡਾਰੀ ਆ ਇਹਨਾਂ ਨੂੰ ਜੀਐਮ ਆਖਦੇ ਆ ਜੱਸੀ ਭਾਈ ਸਾਡੇ ਪਹੁੰਚ ਗਏ ਜੀ ਬਸ 2-4 ਮਿੰਟ ਦੀ ਹੋਰ ਖੇਡ ਆ ਉਸ ਤੋਂ ਬਾਅਦ ਦੇਖਦੇ ਹਾਂ ਰੈਫਰੀ ਸਾਹਿਬ ਕੀ ਡਿਸੀਜਨ ਲੈਂਦੇ ਆ 0-0 ਸੀਮਾ ਧਾਰੀ ਇਨੋ ਜੀ ਚਾਚਾ ਸ਼ਿਕਾਰਾ ਵੀ ਆਪਣੇ ਪੇਂਡੂ ਨੂੰ ਹੌਸਲਾ ਦਿੰਦਾ ਹੋਇਆ ਤਕੜਾ ਹੋ ਜਾ ਜਹਾਰ ਸਿੰਘ ਸਾਡਾ ਆਨੰਦ ਮਾਣ ਰਿਹਾ ਆ ਮੈਚਾਂ ਦਾ ਵਿੱਕੀ ਕਲਰੀਏ ਦਾ ਰੱਖਤੇ ਜਿਗਰ ਅੰਬਾ ਅੰਬੇ ਦਾ ਪੂਰਾ ਜ਼ੋਰ ਲੱਗਿਆ ਹੋਇਆ ਜੀ ਆਪਣੀ ਟੀਮ ਵੱਲੋਂ ਮੰਗਾ ਵੀਰ ਵੀ ਸਾਡਾ ਗੇੜੀਆਂ ਦੇ ਰਿਹਾ ਆ ਅੰਬੇ ਦੇ ਨਾਲ ਨਾਲ ਲਓ ਜੀ ਫੌਲ ਮਿਲਿਆ ਹੈਂਡਬਾਲ ਮਿਲਿਆ ਸੀਗਾ ਛੂਟ ਲੱਗ ਗਈ ਆ ਇਹ ਵੈਰੀ ਗੁੱਡ ਗੋਲਕੀਪਰ ਲਓ ਜੀ ਨੋਈ ਵਾਲੇ ਫਿਰ ਅਟੈਕ ਦੇ ਮੂਡ 'ਚ ਰਣਨੀਤੀ ਬਣਾ ਕੇ ਮੂਹਰੇ ਵੀ ਧਮਾਈ ਵਾਲਾ ਖੜਾ ਜੀ ਟਾਈਮ ਹੋ ਗਿਆ ਗੁਰੂ ਰਵਿਦਾਸ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਸਾਡਾ ਵੱਡਾ ਵੀਰ ਸਾਈਂ ਜੀ ਉਹ ਵੀ ਪਹੁੰਚੇ ਇੱਥੇ ਜੀਆਂ ਨੂੰ ਆਖਦੇ ਹਾਂ
ਇਹਨਾਂ ਦਾ ਵੀ ਇਸ ਟੂਰਨਾਮੈਂਟ ਬਹੁਤ ਸਹਿਯੋਗ ਹੈ। ਟੂਰਨਾਮੈਂਟ ਪ੍ਰਬੰਧਕ ਕਮੇਟੀ ਦਾ, ਗੁਰੂ ਰਵਿਦਾਸ ਮਹਾਰਾਜ ਕਮੇਟੀ ਦਾ, ਗੁਰੂ ਘਰ ਦਾ, ਹਰ ਇੱਕ ਸਾਲ ਟੂਰਨਾਮੈਂਟ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਜੀ। ਲਓ ਜੀ, ਮੈਚ ਸਮਾਪਤ ਹੋ ਗਿਆ ਆ। ਹੁਣ ਦੇਖਦੇ ਹਾਂ ਰੈਫਰੀ ਸਾਹਿਬਾਨ ਕੀ ਦੇ ਰਹੇ ਆ ਅਗਲਾ ਡਿਸੀਜਨ। ਠੀਕ ਹੈ ਜੀ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਕੈਲਵਿਨ ਤੂੰ ਕਿੱਧਰ ਉੱਧਰ ਜਾਣਾ? ਸਹੀ ਆ ਸਾਹਮਣੇ, ਤਾਂ ਹੀ ਦੇਖਣਾ ਉੱਥੇ, ਉੱਥੋਂ ਸਾਈਡ ਤੋਂ ਥੋੜੀਆਂ ਨੇ, ਉਹ ਪਿੱਛੇ ਇੱਥੇ ਪਲੇਅਰ ਆ। ਨਹੀਂ ਨਹੀਂ, ਆਪਾਂ ਪਲਾਂਟੀ ਇੱਥੇ ਲਾਉਣੀ, ਇੱਥੋਂ ਲਾਵਾਂਗੇ ਪਲਾਂਟੀ, ਇੱਥੇ ਲੱਗਣੀ ਉਹਦੀ। ਨਹੀਂ ਨਹੀਂ, ਕੈਮਰਾ ਉੱਥੇ ਪਿੱਛੇ ਸਟੇਜ ਸਾਹਮਣੇ ਦੇਖਣਾ, ਉੱਥੇ ਮੈਂ ਦੱਸ ਦੱਸਿਆ ਪਾਈ ਉਹਨਾਂ ਨੂੰ ਆਪਾਂ ਜਾਂ ਫਿਰ ਸਕਣ ਪਾਣੀ ਹਾਂਜੀ 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 ਅੰਕਲ ਜੀ, ਇੱਥੇ ਠੀਕ ਹੈ ਨਾ? ਠੀਕ ਕਰਾਂ ਸ਼ੁਰੂ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਪਤਾ ਹੀ ਆ ਮੈਚ ਜਿਹੜਾ ਆ ਉਹ ਹੋਰ ਵੀ ਅੰਦਰ ਆ ਜਾਓ, ਚੱਲ ਪਿਆ ਅਤੇ ਪਲਾਂਟੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਅਤੇ ਸੋਹਣੀ ਪਲਾਂਟੀ ਜਿਹੜੀ ਆ ਉਹ ਲੱਗ ਚੁੱਕੀ ਆ। ਅੰਕਲ ਵੀ ਪਿੱਛੇ ਕਰ ਦਿੱਤਾ ਪਹਿਲੀ ਪਲਾਂਟ ਜਿਹੜੀ ਲਾਈ ਸੀ ਮੋਦੀ ਦੇ ਮੁੰਡੇ ਨੇ ਅਤੇ ਦੂਜੀ ਪਲਾਂਟ ਜਿਹੜੀ ਸੀਮਾ ਧਾਰੀ ਵਾਲਾ ਲਾ ਰਿਹਾ ਆ। ਕੈਲਵਿਨ ਪਿੱਛੇ ਆ ਮਾੜੇ ਜਾ, ਕੈਲਵਿਨ ਪਿੱਛੇ ਹੋਏ, ਕੈਲਵਿਨ ਕੈਲਵਿਨ ਪਿੱਛੇ ਕੈਲਵਿਨ ਹੋਏ। ਦੂਜੀ ਪਲਾਂਟ ਜਿਹੜੀ ਆ ਜੀ ਇਹ ਲਾ ਰਿਹਾ ਮੁੰਡਾ ਸੀਮਾ ਧਾਰੀ ਦਾ। ਸਿੱਧੀ ਰੱਖਣੀ ਹਲਾਨ ਦੀ ਲੋੜ ਹੀ ਨਹੀਂ, ਥੋੜ੍ਹੀ ਮਿਸਟੇਕ ਹੋ ਗਈ ਆ ਕਿਉਂਕਿ ਰੈਫਰੀ ਦੀ ਵਿਸਲ ਨਹੀਂ ਸੀ ਵੱਜੀ ਹਜੇ, ਉਹਦੇ ਕਰਕੇ ਲਓ ਜੀ ਦੂਜੀ ਪੈਨਲਟੀ ਬਾਹਰ ਮਾਰਤੀ ਮੁੰਡੇ ਨੇ ਜੀ। ਦੂਜੀ ਪੈਨਲਟੀ ਜਿਹੜੀ ਉਹ ਬਾਹਰ ਮਾਰ ਦਿੱਤੀ ਆ। ਇਹਦੇ ਵਿੱਚ ਪੰਜ ਪੈਨਲਟੀਆਂ ਜਿਹੜੀਆਂ ਲੱਗਣੀਆਂ ਜੀ,
ਤੇ ਜੇ ਤਾਂ ਪੰਜ ਬਰਾਬਰ ਹੈਗੇ ਆ ਉਹ ਤੋਂ ਬਾਅਦ ਫਿਰ ਇੱਕ ਇੱਕ ਲੱਗਣੀ ਆ ਤੇ ਜੇ ਪੰਜਾਂ ਦੇ ਵਿੱਚ ਆਪਣਾ ਹੋ ਗਿਆ ਕਲੀਅਰ ਤਾਂ ਲਓ ਜੀ ਜਿਹੜੀ ਇਹ ਨੋਈ ਵੱਲੋਂ ਪਲਾਂਟੀ ਲਾਈ ਸੀ ਉਹ ਬਹੁਤ ਵਧੀਆ ਮੁੰਡੇ ਨੇ ਰੋਕ ਲਈ ਆ ਤੇ ਹੁਣ ਸੀਮਾ ਧਾਰੀ ਦਾ ਮੁੰਡਾ ਪਲਾਂਟੀ ਲਾ ਰਿਹਾ ਆ ਲਓ ਜੀ ਗੋਲ ਸੀਮਾ ਧਾਰੀ ਵਾਲੇ ਨੇ ਗੋਲ ਕਰ ਦਿੱਤਾ ਇੱਕ ਬਰਾਬਰ ਹੋ ਗਿਆ ਬਰਾਬਰ ਕਿੰਨੀ ਕਿੰਨੀ ਲਓ ਜੀ ਇੱਕ ਇੱਕ ਗੋਲ ਬਰਾਬਰ ਹੋ ਗਿਆ ਆ ਤੇ ਇੱਕ ਪਲਾਂਟੀ ਜਿਹੜੀ ਰੋਕ ਲਈ ਗਈ ਸੀ ਤੇ ਇੱਕ ਬਾਹਰ ਮਾਰ ਦਿੱਤੀ ਸੀ ਹੁਣ ਇਸ ਟਾਈਮ ਇੱਕ ਇੱਕ ਗੋਲ ਦੇ ਨਾਲ ਬਰਾਬਰ ਚੱਲ ਰਿਹਾ ਤੀਜੀ ਪਲਾਂਟੀ ਜਿਹੜੀ ਆ ਉਹ ਇਨੋਈ ਵਾਲਾ ਮੁੰਡਾ ਲਾ ਰਿਹਾ ਰੋਕ ਲਈ ਜੀ ਬਹੁਤ ਸੋਹਣਾ ਤਿੰਨ ਇੱਕ ਵੈਰੀ ਗੁੱਡ ਵੈਰੀ ਗੁੱਡ ਇਹ ਵੀ ਰੋਕ ਲਈ ਬਈ ਪਲਾਂਟੀਆਂ ਹੁਣ ਉਸ ਟਾਈਮ ਤਿੰਨ ਤਿੰਨ ਲੱਗ ਚੁੱਕੀਆਂ ਜੀ ਜਿਹਦੇ ਵਿੱਚ ਇੱਕ ਇੱਕ ਗੋਲ ਆ ਦੋਨੇ ਟੀਮਾਂ ਬਹੁਤ ਹੀ ਫਸਮਾ ਇੰਟਰਸਟਿਡ ਜਿਹੜਾ ਚੱਲ ਰਿਹਾ ਹੈ ਮੈਚ ਸਾਡੇ ਚਾਚਾ ਜੀ ਧਮਾਈ ਵਾਲੇ ਬਹੁਤ ਖੁਸ਼ ਆ ਸਾਰੇ ਦਰਸ਼ਕ ਬਹੁਤ ਖੁਸ਼ ਆ ਕਿਉਂਕਿ ਮੈਚ ਵੀ ਬਹੁਤ ਵਧੀਆ ਆ ਲਓ ਜੀ ਗੋਲ ਗੁੱਡ ਇਹ ਗੋਲ ਜੀ ਨੋਈ ਦੀ ਟੀਮ ਨੇ ਕਰ ਦਿੱਤਾ ਆ ਨੋਈ ਦੇ ਕਿੰਨੇ ਨੋਈ ਦੇ ਦੋ ਗੋਲ ਨੋਈ ਵਾਲੇ ਚਾਰ ਪਲਾਂਟੀਆਂ ਲਾ ਕੇ ਦੋ ਗੋਲ ਅਤੇ ਸੀਮਾ ਧਾਰੀ ਵਾਲੇ ਤਿੰਨ ਪਲਾਂਟੀਆਂ ਲਾ ਕੇ ਇੱਕ ਗੋਲ ਅਤੇ ਹੁਣ ਆਹ ਪਲਾਂਟੀ ਜਿਹੜੀ ਆ ਚੌਥੀ ਇਹ ਸੀਮਾ ਧਾਰੀ ਵਾਲੇ ਲਾ ਰਹੇ ਆ ਜੀ ਆਊਟ ਬਾਹਰ ਮਾਰਤੀ ਜੀ ਪਲਾਂਟੀਆਂ ਜਿਹੜੀਆਂ ਜੀ ਇਸ ਟਾਈਮ ਉਹ ਚਾਰ ਚਾਰ ਲੱਗ ਚੁੱਕੀਆਂ ਆ ਜਿਹਦੇ ਵਿੱਚ ਸੀਮਾ ਧਾਰੀ ਨੇ ਇੱਕ ਗੋਲ ਕੀਤਾ ਆ ਅਤੇ ਇਨੋਈ ਵਾਲੇ ਦੋ ਗੋਲ ਕੀਤੇ ਆ ਲਾਸਟ ਜਿਹੜੀ ਇੱਕ ਇੱਕ ਲੱਗਣੀ ਆ ਪਲਾਂਟੀ ਇਹਦੇ ਵਿੱਚ ਆਪਣਾ ਹੋ ਸਕਦਾ ਵੀ ਡਿਸੀਜਨ ਸਾਡਾ ਜਿਹੜਾ ਫਾਈਨਲ ਦੇ ਦਈਏ ਸਾਨੂੰ ਲਓ ਜੀ ਬਾਹਰ ਇਨੋਈ ਵਾਲੇ ਵੀ ਬਾਹਰ ਮਾਰ ਗਿਆ ਬਈ ਲਓ ਜੀ ਜੇ ਤਾਂ ਇਹ ਗੋਲ ਹੁੰਦਾ ਆ ਤਾਂ ਇਹ ਬਰਾਬਰ ਆ ਜੇ ਗੋਲ ਹੁੰਦਾ ਤਾਂ ਬਰਾਬਰ ਆ ਉਹ ਤੋਂ ਬਾਅਦ ਇੱਕ ਇੱਕ ਪਲਾਂਟੀ ਫਿਰ ਲੱਗਿਆ ਕਰਨੀ ਆ ਇਹਦੀ ਇਹਨੇ ਬਾਹਰ ਮਾਰੀ ਬਾਹਰ ਗੋਲ ਆ ਜੀ ਡਿਸੀਜਨ ਗੋਲ ਹੋ ਗਿਆ ਜੀ ਹੁਣ ਹੁਣ ਜੀ ਪੰਜ ਪਲਾਂਟੀਆਂ ਲੱਗ ਚੁੱਕੀਆਂ ਆ ਜਿਹਦੇ ਵਿੱਚ ਸੀਮਾ ਧਾਰੀ ਨੇ ਦੋ ਗੋਲ ਕੀਤੇ ਅਤੇ ਨੋਈ ਨੇ ਵੀ ਦੋ ਗੋਲ ਕੀਤੇ ਆ ਹੁਣ ਇੱਕ ਇੱਕ ਪਲਾਂਟੀ ਜਿਹੜੀ ਲੱਗਣੀ ਆ ਅਤੇ ਬਾਕੀ ਸਾਡੇ ਨਾਲ ਨਾਲ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਹੁਣ ਸਿਰਫ ਇੱਕ ਇੱਕ ਪਲਾਂਟੀ ਹੀ ਲੱਗਣੀ ਆ ਲਓ ਜੀ ਇਹ ਬਾਹਰ ਮਾਰ ਦਿੱਤੀ ਆ ਜੀ ਨੋਈ ਵਾਲੇ ਨੇ ਜੇਕਰ ਸੀਮਾ ਧਾਰੀ ਦਾ ਖਿਡਾਰੀ ਗੋਲ ਕਰਦਾ ਆ ਤਾਂ ਸੀਮਾ ਧਾਰੀ ਜੇਤੂ ਆ ਜੇਕਰ ਸੀਮਾ ਧਾਰੀ ਗੋਲ ਕਰਦੀ ਆ ਤਾਂ ਸੀਮਾ ਧਾਰੀ ਜੇਤੂ ਆ ਅਤੇ ਜੇਕਰ ਉਹ ਵੀ ਬਾਹਰ ਮਾਰ ਗਿਆ ਫਿਰ ਇੱਕ ਇੱਕ ਪਲਾਂਟੀ ਫੇਰ ਲੱਗਣੀ ਆ ਜੀ ਲਓ ਜੀ ਇਸ ਪਲਾਂਟੀ ਦੇ ਉੱਤੇ ਫਾਈਨਲ ਜਿਹੜਾ ਹੋ ਜਾਣਾ ਆ ਜੇ ਤਾਂ ਇਹ ਗੋਲ ਕਰ ਗਿਆ ਤਾਂ ਮੁੰਡਾ ਜੇਤੂ ਆ ਅਤੇ ਜੇ ਇਹ ਰੁਕ ਗਿਆ ਜਾਂ ਬਾਹਰ ਮਾਰ ਗਿਆ ਫਿਰ ਇੱਕ ਇੱਕ ਪਲਾਂਟੀ ਫਿਰ ਤੁਹਾਨੂੰ ਦੇਖਣ ਦਾ ਮੌਕਾ ਮਿਲੂਗਾ ਲਓ ਜੀ ਖਲ ਖਲ
ਵੈਲ ਗੁੱਡ ਬੜੀਆ ਲੋਕਾਂ ਨੂੰ ਮਨੋਰੰਜਨ ਦਾ ਮੌਕਾ ਹੋਰ ਮਿਲਿਆ ਜੀ ਲੋਕਾਂ ਨੂੰ ਮਨੋਰੰਜਨ ਦਾ ਹੋਰ ਮੌਕਾ ਮਿਲਿਆ ਕਿ ਇੱਕ ਪਲੈਂਟੀ ਫੇਰ ਲੱਗੂਗੀ ਇੱਕ ਇੱਕ ਪਲੈਂਟੀ ਫੇਰ ਲੱਗੂਗੀ ਬਹੁਤ ਹੀ ਇੰਟਰਸਟਡ ਮੈਚ ਇਨੋਈ ਵਰਸਿਸ ਸੀਮਾ ਧਾਰੀ ਰਾਜਾ ਅੰਬਾ ਕਲੱਬ ਲਓ ਜੀ ਸਟਾਰਟ ਹੈ ਜੀ ਲੱਖਾ ਆ ਰਿਹਾ ਜੀ ਗੋਲ ਵੈਰੀ ਗੁੱਡ ਲੱਖਾ ਲੱਖਾ ਗੋਲ ਕਰ ਗਿਆ ਜੀ ਹੁਣ ਇਹ ਜਿਹੜੀ ਪਲੈਂਟੀ ਲੱਗੂਗੀ ਸੀਮਾ ਧਾਰੀ ਦਰਸ਼ਕਾਂ ਲਈ ਬਹੁਤ ਇੰਟਰਸਟਡ ਜਿਹੜਾ ਆ ਇਹ ਮੈਚ ਬਣ ਚੁੱਕਾ ਆ ਲਓ ਜੀ ਲਓ ਜੀ ਮੁੰਡਾ ਰੋਕ ਗਿਆ ਜੀ ਨੋਈ ਦੀ ਟੀਮ ਜਿਹੜੀ ਆ ਉਹ ਜਿੱਤੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਫੈਸਲਾ ਲੈ ਕੇ ਆਏ ਹਾਂ ਜੀ ਇਹ ਜੋ ਸੀਮਾ ਧਾਰੀ ਅਤੇ ਨੋਈ ਦਾ ਜਿਹੜਾ ਮੈਚ ਚੱਲ ਰਿਹਾ ਸੀਗਾ ਫੁੱਲ ਟਾਈਮ ਖੇਡਣ ਤੋਂ ਬਾਅਦ ਪਲੈਂਟੀਆਂ ਲੱਗੀਆਂ ਪਹਿਲਾਂ 5 ਪਲੈਂਟੀਆਂ ਲੱਗੀਆਂ ਜਿਹਦੇ ਵਿੱਚ ਉਹ ਬਰਾਬਰ ਹੈ ਗਏ ਉਸ ਤੋਂ ਬਾਅਦ ਇੱਕ ਇੱਕ ਪਲੈਂਟੀ ਲੱਗਦੀ ਹੁੰਦੀ ਆ ਰੂਲ ਮੁਕਾਬਲੇ 'ਤੇ ਠੀਕ ਹੈ ਜੀ ਉਹਦੇ ਨਾਲ ਫਿਰ ਜਿਹੜੀ ਸੀਮਾ ਧਾਰੀ ਦੇ ਸੀ ਦੋ ਪਲੈਂਟੀਆਂ ਉਹਨਾਂ ਨੂੰ ਮਿਲੀਆਂ ਸੀ ਬਾਹਰ ਮਾਰ ਕੇ ਰੋਕ ਲਈ ਆ ਮੁੰਡੇ ਨੇ ਅਤੇ ਇਨੋਈ ਵਾਲੇ ਜਿਹੜੇ ਉਹ ਗੋਲ ਆਪਾਂ ਕਹਿ ਸਕਦੇ ਜੀ 1-0 ਦੇ ਨਾਲ ਜਿਹੜੀ ਇਨੋਈ ਦੀ ਟੀਮ ਆ ਉਹ ਜਿੱਤੂ ਆ ਅਤੇ ਲਓ ਅਗਲੀ ਟੀਮ ਕਰੋਪੀ ਅਤੇ ਸੀਮਾ ਧਾਰੀ ਸਪੋਰਟਰ ਸੀ ਆਪਣਾ ਦਵਿੰਦਰ ਸਿੰਘ ਵਧਾਈਆਂ ਉਹਨਾਂ ਨੂੰ ਬਹੁਤ ਬਹੁਤ ਸਾਡੇ ਦੇ ਸਾਰੇ ਕਲੱਬ ਨੂੰ ਵੀ ਸਾਰਿਆਂ ਨੂੰ ਜਿਹੜੇ ਮੁੰਡੇ ਹਾਰ ਕੇ ਗਏ ਉਹਨਾਂ ਨੂੰ ਬਹੁਤ 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 ਵਧੀਆ ਬਹੁਤ ਸੋਹਣਾ ਪ੍ਰਦਰਸ਼ਨ ਦਿਖਾਇਆ ਬਹੁਤ ਸੋਹਣਾ ਖੇਡੇ ਆ ਅਤੇ ਉਹਨਾਂ ਨੂੰ ਵੀ ਆਪਾਂ ਰਿਕੁਐਸਟ ਕਰਦੇ ਅਗਲੇ ਸਾਲ ਮਿਹਨਤ ਕਰੋ ਅਗਲੇ ਸਾਲ ਫਿਰ ਮਿਲਦੇ ਆ ਓਕੇ ਜੀ ਸਤਿ ਸ਼੍ਰੀ ਅਕਾਲ ਮੁਬਾਰਕਾਂ ਸੀਗੇ ਕਿਸੇ ਕੋਲ ਦੇਖਦੇ ਆਹ ਲੈ ਲੈ
ਇੱਕ ਨਾ ਮੈਂ ਫੋਟੋ ਕਰਾਣੀ ਨਾ ਮੁੰਡਿਆਂ ਨਾਲ ਸਾਰਿਆਂ ਨਾਲ ਟੀਮ ਦੇ ਮੈਂ ਲੈ ਜਾਣਾ ਦੋ ਮਿੰਟ ਹੈਪੀ ਉੱਥੇ ਲੈ ਜਾਓ Hello.
ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਦੁਬਾਰਾ ਸ਼ੁਰੂ ਹੋਣ ਲੱਗਾ ਮੈਚ ਸਾਡੇ ਕਰੂਪੀ ਤੋਂ ਕਮੇਟੀ ਮੈਂਬਰ ਪਹੁੰਚੇ ਆ ਲੇਖਰਾਜ ਜੀ ਸਾਡੇ ਤੋਂ ਪਹੁੰਚੇ ਆ ਅਤੇ ਇਹਨਾਂ ਦਾ ਵੀ ਇੱਥੇ ਆਇਆਂ 'ਤੇ ਧੰਨਵਾਦ ਆਖਦੇ ਹਾਂ ਬਹੁਤ ਹੀ ਸਪੋਰਟ ਹੁੰਦੀ ਇਹਨਾਂ ਦੀ ਸਾਡੇ ਮੇਲਿਆਂ ਦੇ ਉੱਤੇ ਅਤੇ ਟੂਰਨਾਮੈਂਟ ਕਮੇਟੀਆਂ ਦੇ ਵਿੱਚ ਵੀ ਟੀਮ ਲੈ ਕੇ ਪਹੁੰਚੇ ਜੀ ਸਾਡੇ ਕੋਲ ਇਹ ਫੁੱਟਬਾਲ ਦੀ ਜੀ ਐਨ ਵੈਲਕਮ ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਬਹੁਤ ਸਹਿਯੋਗ ਹੁੰਦਾ ਸਾਂਝੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਸਾਡੇ ਗ੍ਰੀਸ ਦੇ ਵਿੱਚ ਜਿੰਨੇ ਵੀ ਗ੍ਰੀਸ ਵਿੱਚ ਧਾਰਮਿਕ ਪ੍ਰੋਗਰਾਮ ਸਾਡੇ ਹੁੰਦੇ ਆ ਗਰੁੱਪੀ ਦੀ ਸੰਗਤ ਦਾ ਬਹੁਤ ਸਹਿਯੋਗ ਹੁੰਦਾ ਹਰੇਕ ਥਾਂ 'ਤੇ ਸੋ ਮੈਚ ਦੇਖਦੇ ਹਾਂ ਜੀ ਹੁਣ ਸ਼ੁਰੂ ਹੋਣ ਲੱਗਾ ਆ ਗਰੁੱਪੀ ਵਰਸਿਸ ਸੀਮਾਧਾਰੀ ਪਹਿਲਾਂ ਵੀ ਸੀਮਾਧਾਰੀ ਦੀ ਟੀਮ ਖੇਡ ਕੇ ਗਈ ਆ ਅਤੇ ਸੀਮਾ ਦੇ ਦੋ ਕਲਬਾਂ ਜਿਹੜੀਆਂ ਐਂਟਰ ਹੋਈਆਂ ਆ ਜੀ ਮਿਲਦੇ ਹਾਂ ਮੈਚ ਸ਼ੁਰੂ ਹੋਣ 'ਤੇ ਹੋਰ ਭਾਅ ਜੀ ਕਿੱਦਾਂ ਹਾਲ ਜੀ ਠੀਕ ਠਾਕ ਜੀ ਪੈਤਰੋ ਸਾਹਿਬ ਸਾਡੀ ਸੀਮਾਧਾਰੀ ਤੋਂ ਕੋਚ ਸਾਹਿਬ ਸਾਡੀ ਟੀਮ ਦੇ ਬੱਚਿਆਂ ਦੇ ਅਤੇ ਬਹੁਤ ਜ਼ਿਆਦਾ ਯੋਗਦਾਨ ਇਹਨਾਂ ਨੂੰ ਆਪ ਖੁਦ ਸ਼ੌਂਕ ਬਹੁਤ ਹੈ ਜੀ ਇਹਨਾਂ ਨੂੰ ਅਤੇ ਡੇਲੀ ਗਰਾਊਂਡ ਵਿੱਚ ਇਹਨਾਂ ਦਾ ਟੱਚ ਰਹਿਣਾ ਬਹੁਤ ਉਮਰ ਦੇ ਹਿਸਾਬ ਨਾਲ ਦੁਆ ਆ ਹੁਣ ਤਾਂ ਪੈਨਸ਼ਨ ਦੇ ਲੱਗੇ ਗਏ ਵਾ ਭਾਅ ਜੀ ਹੁਣ ਸਾਡੇ ਓਕੇ ਜੀ ਓਕੇ ਨਿੱਕਾ ਭਾਅ ਜੀ ਓਕੇ ਜੀ ਬਹੁਤ ਯੋਗਦਾਨ ਇਹਨਾਂ ਦਾ ਸਾਡੀ ਟੀਮ ਜਿਹੜੀ ਇਹ ਬੱਚਿਆਂ ਦੀ ਜਿਹੜੀ ਜਿਹਨੂੰ ਇਹ ਪਿਆਰ ਕਰ ਰਹੇ ਆ ਲਓ ਜੀ ਮੈਚ ਸ਼ੁਰੂ ਹੋਣ ਲੱਗਾ ਆ ਬਿੰਦਰ ਬ੍ਰਦਰ ਸਾਡਾ ਪਰਾਲੀ ਵਾਲਾ ਬਹੁਤ ਹੀ ਪੁਰਾਣਾ ਖਿਡਾਰੀ ਆ ਜੋ ਰੈਫਰੀ ਦੀ ਸੇਵਾ ਨਿਭਾ ਰਹੇ ਆ ਅਤੇ ਇੱਕ ਸਾਈਡ 'ਤੇ ਲਾਈਨਮੈਨ ਸਾਡੇ ਜੱਸੀ ਭਾਅ ਜੀ ਆ ਅਤੇ ਦੂਜੀ ਸਾਡੀ ਤਾਂ ਸੋਨੂ ਜਨੋਈਆ ਬਹੁਤ ਹੀ ਅੱਛਾ ਖਿਡਾਰੀ ਆ ਜਿੰਨੇ ਵੀ ਮੇਰੇ ਵੀਰ ਦਰਸ਼ਕ ਦੂਰ ਨੇੜੇ ਪਹੁੰਚੇ ਆ ਮੈਚ ਦੇਖਣ ਵਾਸਤੇ ਉਹਨਾਂ ਦਾ ਜੀ ਐਨ ਵੈਲਕਮ ਆਖਦੇ ਹਾਂ ਸਾਡੇ ਬਹੁਤ ਸੋਹਣਾ ਪਿੰਡੂ ਵੈਰੀ ਗੁੱਡ ਗੁੱਡ ਡਿਸੀਜਨ ਰੈਫਰੀ ਸਾਹਿਬ ਦਾ ਬਹੁਤ ਵਧੀਆ ਡਿਸੀਜਨ ਹੈ ਜੀ ਉਹ ਸੁੱਖੀ ਹੋ ਗਿਆ ਸ਼ੁਰੂ ਵੀਰੇ ਗਾਲ ਨਹੀਂ ਕੱਢਣੀ ਆਪਾਂ ਬਹੁਤ ਗਾਣਾ ਹਿੱਟ ਹੋਇਆ ਸੀਗਾ ਜੀ ਵੀਰੇ ਗਾਲ ਨਹੀਂ ਕੱਢਣੀ ਇਹ ਇੱਕ ਸਾਡਾ ਮਤਲਬ ਬਹੁਤ ਵਧੀਆ ਡਿਸੀਜਨ ਜਿਹੜਾ ਲਿਆ ਰੈਫਰੀ ਸਾਹਿਬ ਨੇ ਆਪਾਂ ਉਹਨਾਂ ਨੂੰ ਸਹਿਯੋਗ ਕਰਦੇ ਹਾਂ ਅਤੇ ਨਹੀਂ ਚੰਗਾ ਨਹੀਂ ਲੱਗਦਾ ਸਾਨੂੰ ਸਾਡੇ ਦਰਸ਼ਕ ਬੀਬੀਆਂ ਭੈਣਾਂ ਔਨਲਾਈਨ ਦੇਖ ਰਹੀਆਂ ਆ ਸਾਡੇ ਸਟੂਡੀਓ ਦੇ ਭਾਈ ਹਨ ਬਹੁਤ ਉਪਰਾਲਾ ਇਹਨੂੰ ਮਿਹਨਤ ਲੱਗ ਕਰ ਰਹੇ ਆ ਅਤੇ ਚੰਗਾ ਨਹੀਂ ਲੱਗਦਾ ਫਿਰ ਅਸੀਂ ਇੱਦਾਂ ਜਿਹੜਾ ਮਾੜੇ ਸ਼ਬਦ ਬੋਲੀਏ ਮੈਚ ਦਾ ਆਨੰਦ ਮਾਣੋ ਦਰਸ਼ਕ ਬਹੁਤ ਦੂਰੋਂ ਦੂਰੋਂ ਪਹੁੰਚੇ ਆ
ਬਹੁਤ ਸੋਹਣਾ ਮੈਚ ਆ। ਇਹ ਦੋਹਾਂ ਟੀਮਾਂ ਦੇ ਵਿੱਚ ਜਿਹੜੇ ਖਿਡਾਰੀ ਆ ਨਾ, ਤੁਹਾਨੂੰ ਜਾਣ ਕੇ ਬਹੁਤ ਖੁਸ਼ੀ ਹੋਊਗੀ ਦਰਸ਼ਕ ਵੀਰਾਂ ਨੂੰ, ਤਕਰੀਬਨ 11 ਦੇ ਵਿੱਚੋਂ 8 ਖਿਡਾਰੀ ਜਿਹੜੇ ਆ ਉਹ ਸਾਡੇ 18 ਸਾਲ 19 ਸਾਲ 20 ਸਾਲ ਵਾਲੇ ਮੁੰਡੇ ਨਵੇਂ ਜਿਹੜੇ ਆ ਉਹ ਖੇਡ ਰਹੇ ਆ। ਦੋਹਾਂ ਟੀਮਾਂ ਦੇ ਵਿੱਚ, ਇਹ ਨਹੀਂ ਕਿ ਸੀਮਾ ਧਾਰੀ ਦੇ ਵਿੱਚ, ਰੁਕੀ ਵਿੱਚ ਵੀ ਇੱਦਾਂ ਹੀ ਆ, ਰੁਕੀ ਵਿੱਚ ਵੀ ਸਾਰੇ ਮੁੰਡੇ ਨਵੇਂ ਆ। ਰੁਕਦਾ ਲੈ ਓਏ ਅਖਤਰ, ਗੋਲਕੀਪਰ ਸਾਡਾ ਬਹੁਤ ਹੀ ਪੁਰਾਣਾ ਜੁੜਿਆ ਸਾਡੇ ਨਾਲ ਸੀਮਾ ਧਾਰੀ ਟੀਮ ਦੇ ਨਾਲ, ਅਖਤਰ ਪਾਕਿਸਤਾਨੀ ਮੁੰਡਾ ਆਪਣਾ, ਬਹੁਤ ਹੀ ਵਧੀਆ ਖਿਡਾਰੀ ਆ, ਬਹੁਤ ਵਧੀਆ ਇਨਸਾਨ ਆ ਔਰ ਬਹੁਤ ਵਧੀਆ ਗੋਲਕੀਪਰ ਵੀ ਆ। ਬੈਠ ਕੇ ਦੇਖਣ ਦਾ ਨਜ਼ਾਰਾ ਵੱਖਰਾ ਹੀ ਆ। ਸਾਡੇ ਚਾਚਾ ਜੀ ਸ਼ਿਕਾਰਾ ਸਿੰਘ ਤੇ ਅਮਰਜੀਤ ਸਿੰਘ ਉਹ ਮੈਚ ਦਾ ਨਜ਼ਾਰਾ ਜਿਹੜਾ ਦੇਖ ਰਹੇ ਆ। ਬਹੁਤ ਸੋਹਣਾ ਮੈਚ ਚੱਲ ਰਿਹਾ ਜੀ, ਕਰੁਪੀ ਸੀਮਾ ਧਾਰੀ ਯੰਗ ਮੈਨ ਖੇਡ ਰਹੇ, ਸਾਰੇ ਯੰਗ ਮੈਨ ਚਾਹੀਦੀ ਕਿ ਲਾ ਗਈ ਆ ਕਰੀ ਜਾਂਦਾ
ਬਹੁਤ ਹੀ ਵਧੀਆ ਮੈਚ ਚੱਲ ਰਿਹਾ ਆ ਲੋਕ ਐਨ ਵੱਜ ਕੇ ਬੈਠੇ ਆ ਮੈਚ ਦਾ ਆਨੰਦ ਮਾਣ ਰਹੇ ਆ ਓ ਨੋ ਪਿੰਦੂ ਨੇ ਟਰਾਈ ਮਾਰੀ ਸੀ ਬਈ ਪਿੰਦੂ ਧਮਾਈ 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 ਹੋਈ ਪਈ ਆ ਜੀ ਜਿਹੜਾ ਮਰਜ਼ੀ ਟੀਮ ਦੇਖ ਲਓ ਉਹਦੇ ਵਿੱਚ ਧਮਾਈ ਦਾ ਕੋਈ ਨਾ ਕੋਈ ਹੈਗਾ ਹੀ ਆ ਫੁੱਟਬਾਲ ਦਾ ਗੜ੍ਹ ਏਰੀਆ ਹੈ ਜੀ ਧਮਾਈ ਜੱਸੀ ਦਾ ਫੈਸਲਾ ਲਾਈਨਮੈਨ ਦੀ ਜੋ ਡਿਊਟੀ ਨਿਭਾ ਰਹੇ ਆ ਜੱਸੀ ਬ੍ਰਦਰ ਸਾਡੇ ਆਊਟ ਦਾ ਡਿਸੀਜ਼ਨ ਦਿੱਤਾ ਜੀ ਉਹਨੇ ਪਿੰਦੂ ਧਮਾਈ ਬਹੁਤ ਸੋਹਣਾ ਹੈਪੀ ਨੂੰ ਪੜ ਜਾ ਤਾਰ ਚੈੱਕ ਕਰ ਲਾ ਬਹੁਤ ਸੋਹਣਾ ਰੂਪੀ ਵਾਲਾ ਮੁੰਡਾ ਬਹੁਤ ਸੋਹਣਾ
Very good. Hindu, 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 Hindu. ਟੀਮਾਂ ਇਹ ਵੀ ਬਰਾਬਰ ਹੀ ਆ ਜਦੋਂ ਬਾਲ ਹੱਥ ਆਉਂਦਾ ਜਿੱਦਾਂ ਕਹਿੰਦੇ ਹੁੰਦੇ ਵੀ ਧੁਲੇ ਲਾ ਕੇ ਹੁੰਦੀ ਆ ਵੀ ਦੋਨੇ ਪਾਸੇ ਬਰਾਵੋ ਇੱਕੋ ਬਾਲ ਆਉਂਦਾ ਉਹ ਬਹੁਤ ਸੋਹਣਾ ਭਰਦੇ ਭਰਦੇ ਸਿੱਧੀ ਲੈ ਫਾਲ 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 ਫੌਲ ਸਾਡੇ ਲਾਈਨਮੈਨ ਸੋਨੂ ਵਿਨੋਦ ਤੋਂ ਬਹੁਤ ਸੋਹਣੀ ਟਰਾਈ ਸੀ ਕਰੂਪੀ ਦੀ ਟੀਮ ਦੀ ਅਖਤਰ ਵੀ ਬਹੁਤ ਵਧੀਆ ਗੋਲਕੀਪਰ ਆ ਪਹਿਲੀ ਕੋਰਨਰ ਬਹੁਤ ਵਧੀਆ ਬਹੁਤ ਸੋਹਣਾ ਲੋਕਾਂ ਨੇ ਆਪ ਮਹਾਰੇ ਤਾੜੀ ਮਾਰੀ ਆ ਬਈ ਕਿਉਂਕਿ ਜਦੋਂ ਕੋਈ ਵੀ ਮੈਚ ਕੋਈ ਵੀ ਮੁਕਾਬਲਾ ਚੱਲਦਾ ਹੈ ਨਾ ਜਦੋਂ ਦਰਸ਼ਕਾਂ ਨੂੰ ਦੇਖਣ ਨੂੰ ਵਧੀਆ ਲੱਗਦਾ ਆ ਤਾਂ ਲੋਕ ਫਿਰ ਆਪ ਮਹਾਰੇ ਤਾੜੀਆਂ ਮਾਰਦੇ ਆ ਬਹੁਤ ਸੋਹਣਾ ਬਹੁਤ ਵਧੀਆ ਟਰਾਈ ਸੀਗੀ ਸੀਮਾ ਧਾਰੀ ਵਾਲਿਆਂ ਦੀ ਬਹੁਤ ਸੋਹਣਾ ਬਾਹਰ ਨਿਕਲਿਆ ਹੋਰ ਨਿਕਲਿਆ ਬਾਹਰ ਨੂੰ ਆਊਟ ਦੀ ਕਿੱਕ ਲਾ ਰਹੇ ਤਰੂਪੀ ਵਾਲੇ ਮੁੰਡੇ ਬਹੁਤ ਸੋਹਣਾ ਕਰਨ ਸ਼ਿੰਦੇ ਚੰਦੇਲੀਆਂ ਦਾ ਮੁੰਡਾ ਕਰਨ ਸੋਚ ਰਹੇ ਹਾਂ ਕਿ ਮੈਂ ਤਾਂ ਆਪ ਨੂੰ ਦਾਵਾਂ ਦਾ ਹੈ ਕਿ ਮੈਂ ਤਾਂ ਤਾਂ ਬਹੁਤ ਕੁਝ ਕੀਤਾ
ਲੋ ਜੀ ਰੈਫਰੀ ਨੇ ਡਿਸੀਜਨ ਦਿੱਤਾ ਜੀ ਗੋਲ ਦਾ ਬਹੁਤ ਵਧੀਆ ਗੋਲ ਲੋ ਜੀ ਪਹਿਲਾ ਗੋਲ ਜਿਹੜਾ ਸੀਮਾ ਦਾ ਦੀ ਟੀਮ ਕਰ ਚੁੱਕੀ ਆ ਸੁੱਖੀ ਨੇ ਗੋਲ ਕੀਤਾ ਜੀ ਪਹਿਲਾ ਗੋਲ 1-0 ਨਾਲ ਸੀਮਾ ਧਾਰੀ ਜਿਹੜੀ ਹੁਣ ਇਸ ਟਾਈਮ ਮੋਹਰੇ ਜਾ ਰਹੀ ਆ ਅਤੇ ਬਹੁਤ ਸੋਹਣਾ ਮੈਚ ਚੱਲ ਰਿਹਾ ਆ ਗਰੁੱਪੇ ਵਾਲੇ ਵੀ ਪੂਰਾ ਕਰ ਰਹੇ ਆ ਉਰੇ ਦੇਖਦੇ ਹੁਣ ਕੀ ਬਣਦਾ ਆ ਅਤੇ ਮੈਚ ਵੀ ਥੋੜ੍ਹਾ ਚੱਲਿਆ 20 ਮਿੰਟ ਦਾ ਟਾਈਮ ਹੋਇਆ ਹਜੇ ਉਹ ਸਪਰੇਅ ਲੈਣ ਗਿਆ ਯਾਰ ਕਰੋ ਇੰਜੋਏ ਦੇਖੋ ਮੈਚ ਹੈਪੀ ਭਾਅ ਜੀ ਸਾਡੇ ਭਾਅ ਜੀ ਹੁਣੀ ਹੈਪੀ ਹੁਣੀ ਪਹੁੰਚੇ ਸਾਡੇ ਕੋਲ ਕਬੱਡੀ ਦੇ ਫੁੱਟਬਾਲ ਦੇ ਬਹੁਤ ਸੋਹਣੇ ਖਿਡਾਰੀ ਰਹਿ ਚੁੱਕੇ ਆ ਅਤੇ ਅਸੀਂ ਇਕੱਠੇ ਖੇਡਦੇ ਵੀ ਰਹੇ ਹਾਂ ਹੈਪੀ ਭਾਅ ਜੀ ਸਾਡੀ ਪਰਾਲੀਆ ਤੋਂ ਬਹੁਤ ਹੀ ਵਧੀਆ ਖਿਡਾਰੀ ਆ ਫੁੱਟਬਾਲ ਦੇ ਅਤੇ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਜੀ ਵੈਲਕਮ ਜੱਸੀ ਸਾਡਾ ਭਾਅ ਜੀ ਜੱਸੀ ਬ੍ਰਦਰ ਜੱਸੀ ਜੱਸੀ ਭਾਅ ਸਾਡਾ ਪਰਾਲੀਆ ਦਾ ਪੁਰਾਣਾ ਖਿਡਾਰੀ ਬਹੁਤ ਵਧੀਆ ਖਿਡਾਰੀ ਮਾਲਪੁਰ ਦਾ ਸਟਾਰ ਬੰਦਾ ਹੈ ਜੀ ਇਹ ਬਾਹੋਵਾਲ ਸਟਾਰ ਖਿਡਾਰੀ ਹੈ ਜੀ ਸਟਾਰ ਖਿਡਾਰੀ ਦਿੱਤੇ ਜੀ ਸਾਨੂੰ ਮਾਲਪੁਰ ਮਾਲਪੁਰ ਦੀ ਕਾਲਜ ਦੀ ਟੀਮ ਦਾ ਵੀ ਕਪਤਾਨੀ ਕੀਤੀ ਆ ਚੰਡੀਗੜ੍ਹ ਦੇ ਵਿੱਚ ਵੀ ਕਾਲਜ ਦੇ ਵਿੱਚ ਜਾ ਕੇ ਉੱਥੇ ਵੀ ਕਪਤਾਨੀ ਕੀਤੀ ਆ ਜਿਹੜੇ ਮੁੰਡੇ ਨੇ ਸ਼ਾਟ ਮਾਰੀ ਸੀ ਜੀ ਹੁਣ 14 ਨੰਬਰ ਵਿੱਚ ਇਹ ਜਿਹੜੇ ਜੱਸੀ ਦੀ ਮੈਂ ਗੱਲ ਕਰ ਰਿਹਾ ਪਹਿਲਾਂ ਉਹਦਾ ਲਫਤੇ ਜਿਗਰ ਉਹਦਾ ਲੜਕਾ ਜਿਹਾ ਖੇਡ ਰਿਹਾ ਆ ਟੀਮ ਦੇ ਵਿੱਚ ਅਤੇ ਉਹ ਤੇ ਪੁੱਤ ਦੀ ਜੋੜੀ ਚੱਲ ਰਹੀ ਅੱਜ ਸੀਮਾ ਧਾਰੀ ਤਰਫ ਤੋਂ ਬਹੁਤ ਹੀ ਸੋਹਣਾ ਮੈਚ ਕੋਰਨਰ ਭਾਬੀ ਉਹਨਾਂ ਨੇ ਇੱਧਰ ਆਓ ਗੁੜੀਆਂ ਇੱਧਰ ਖੜੀਆਂ ਇੱਧਰ ਖੜਾ ਕਰਦੇ ਇੱਧਰ ਆ ਜਾ ਲੈ ਉਹ ਤਾਂ ਹੈਗੀ ਯਾਰ ਪਿੰਡੂ ਨੇ ਘਰ ਇੱਧਰ ਲੈ ਚਲ ਹੁਣ ਆਉਣ ਆਪਣੇ ਹਰਜੀਤ ਗਰੇਵਾਲ ਕਬੱਡੀ ਦਾ ਜਰਮਨ ਤੋਂ ਦੇਖ ਰਿਹਾ ਹਰਜੀਤ ਸਿੰਘ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਸੰਗਰੇਵਾਲ ਸਾਡੇ ਭਾਜੀ ਬਰਦਰ ਸਾਡਾ ਛੋਟਾ ਜਰਮਨ ਤੋਂ ਦੇਖ ਰਹੇ ਆ ਜੀ ਮੈਚ ਫੁੱਟਬਾਲ ਦਾ ਮੈਚ ਚੱਲ ਰਿਹਾ ਸਾਡੇ ਠੀਕ ਠਾਕ ਵਧੀਆ ਹੋਰ ਡੈਡੀ ਹੁਣ ਠੀਕ ਠਾਕ ਆ ਆਹੋ ਆ ਚੱਲਦਾ ਫੁੱਟਬਾਲ ਦੇ ਮੈਚ ਚੱਲ ਰਹੇ ਆ ਜੀ ਆਰੇ ਸਾਡਾ ਵੀਰ ਜਰਮਨ ਤੋਂ ਮੈਚ ਦੇਖ ਰਿਹਾ ਤੇ ਮੈਂ ਸਾਡੇ ਨਾਲ ਜੁੜੇ ਆ ਹਰਜੀਤ ਕਬੱਡੀ ਦਾ ਸਾਡਾ ਖਿਡਾਰੀ ਰਹਿ ਚੁੱਕਾ ਪਹਿਲਾਂ ਸੀਮਾ ਇੱਥੇ ਗ੍ਰੀਸ ਵਿੱਚ ਖੇਡਦੇ ਹੁੰਦੇ ਸੀ ਅਤੇ ਹੁਣ ਜਰਮਨ ਵਿੱਚ ਵੀ ਆਪਣਾ ਜੋਰ ਅਗਵਾਈ ਕਰਦੇ ਆ ਲਾਈਵ ਹੋ ਗਿਆ ਤੇਰਾ ਗੱਲ ਬਾਅਦ ਕਰੂੰ ਮੈਂ ਬਾਅਦ ਕਰੂੰ ਬਹੁਤ ਉੱਚੀਆਂ ਪੜਦੇ ਆ ਸਾਡਾ ਵੀਰ ਦਲਜੀਤ ਸਿੰਘ ਪਹੁੰਚੇ ਆ ਲਵਾਦੀਆ ਤੋਂ ਇਹਨਾਂ ਨੂੰ ਜੀਆਂ ਆਖਦੇ ਆ ਦਲਜੀਤ ਸਿੰਘ ਸਾਡੇ ਬ੍ਰਦਰ ਹਾਂਜੀ 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 ਇੱਕ ਮਿੰਟ ਬੜੀ ਹੋਲਡ ਦਲਜੀਤ ਸਿੰਘ ਸਾਡਾ ਬ੍ਰਦਰ ਲਵਾਦੀਆ ਤੋਂ ਪਹੁੰਚਿਆ ਫੈਮਿਲੀ ਸਮੇਤ ਜੀ ਐਨ ਵੈਲਕਮ ਆਖਦੇ ਇਹਨਾਂ ਦਾ ਠੀਕ ਹੈ ਅਤੇ ਉੱਧਰ ਸਾਡੇ ਸੁੱਚਾ ਸਿੰਘ ਜੀ UK ਤੋਂ ਜੋ ਸਾਡੇ ਇੱਥੇ ਪਹਿਲਾਂ ਗ੍ਰੀਸ ਵਿੱਚ ਸਨ ਉਹਨਾਂ ਦਾ ਫੋਨ ਵੀ ਆਇਆ ਉਹ ਵੀ ਲਾਈਵ ਦੇਖ ਰਹੇ ਆ ਮੈਚ ਅਤੇ ਲਾਈਵ ਦੇਖ ਕੇ ਵੀ ਫੋਨ ਲਾਇਆ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਥੈਂਕ ਯੂ ਹਾਂਜੀ ਵਧੀਆ ਵਧੀਆ ਓਕੇ 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 ਕਰੋ ਕਰੋ ਦੇਖਣ ਬਹੁਤ ਸੋਹਣੀ ਟਰਾਈ ਸੀਗੀ ਸਾਡੇ ਸੁੱਚਾ ਸਿੰਘ ਜੀ ਭਾਅ ਜੀ ਅਤੇ ਵੀਰਾ ਜੋ ਕਿ ਇੱਥੋਂ ਸ਼ਿਫਟ ਕਰ ਗਿਆ ਗ੍ਰੀਸ ਤੋਂ ਲਾਈਵ ਮੈਚ ਦੇਖ ਰਿਹਾ ਉਹਨਾਂ ਦਾ ਧੰਨਵਾਦ ਅਤੇ ਉਹਨਾਂ ਦਾ ਵੀ ਬਹੁਤ ਸਾਨੂੰ ਸਹਿਯੋਗ ਹੁੰਦਾ ਆ ਟੂਰਨਾਮੈਂਟਾਂ ਦੇ ਵਿੱਚ ਸੁੱਚਾ ਭਾਅ ਜੀ ਅਤੇ ਵੀਰਾ ਭਾਅ ਜੀ ਬਹੁਤ ਵਧੀਆ ਟਰਾਈ ਬਹੁਤ ਵਧੀਆ ਟਰਾਈ ਪਰ ਗਰੁੱਪੀ ਦੇ ਵੀ ਜਿਹੜੇ ਖਿਡਾਰੀ ਮੁੰਡੇ ਆ ਉਹਨੇ ਬਹੁਤ ਸੋਹਣੀ ਆਪਣੀ ਰਣਨੀਤੀ ਦੇ ਨਾਲ ਜਿਹੜਾ ਬਾਲ ਰੋਕਿਆ ਬਹੁਤ ਵਧੀਆ
ਕਰੂਕੀ ਦੇ ਮੁੰਡੇ ਵੀ ਬਹੁਤ ਜੰਗਮੈਨ ਮੁੰਡੇ ਆ, ਬਹੁਤ ਸੋਹਣਾ ਪ੍ਰਦਰਸ਼ਨ ਕਰ ਰਹੇ ਆ, ਬਹੁਤ ਵਧੀਆ ਖੇਡਦੇ ਆ। ਅਸੀਂ ਫਰੈਂਡਲੀ ਤੌਰ 'ਤੇ ਵੀਰਾਂ ਨਾਲ ਮੈਚ ਲਾਉਂਦੇ ਰਹਿੰਦੇ ਹਾਂ, ਕਦੇ ਅਸੀਂ ਫਰੈਂਡਲੀ ਮੈਚ ਕਰੂਕੀ ਲਾਉਣਾ ਚਾਹੀਦਾ, ਕਦੇ ਉਹ ਆ ਜਾਂਦੇ ਆ। ਬਹੁਤ ਹੀ ਵਧੀਆ ਖਿਡਾਰੀ ਆ, ਬਹੁਤ ਸੋਹਣੇ ਖਿਡਾਰੀ ਆ, ਸਾਰੇ ਨਵੇਂ ਮੁੰਡੇ ਆ, ਜੰਗਮੈਨ ਮੁੰਡੇ, ਬਹੁਤ ਸੋਹਣਾ। ਲਓ ਜੀ, ਉਹ ਪੇਂਡੂ ਆ, ਤੁਸੀਂ ਗੱਲ ਖੇਡੂਗੇ? ਚਾਚਾ ਜੀ, ਸਾਡੇ ਸ਼ਿਕਾਰਾ ਸਿੰਘ ਚਾਚਾ ਆਪਣੇ ਜਿਹੜੇ ਇਹਨਾਂ ਦੇ ਪਿੰਡ ਦੇ ਮੁੰਡੇ ਇੱਥੇ ਦੇ ਜੰਪਲ ਆ, ਉਹਨਾਂ ਨੂੰ ਸੁਝਾਅ ਦਿੰਦੇ ਹੋਏ ਵੀ ਦੇਖੋ ਕਿੱਦਾਂ ਬਾਕੀ ਤੁਹਾਡੇ ਸਾਥੀ ਖੇਡ ਰਹੇ ਆ, ਹੋਰ ਆਉਣ ਵਾਲੇ ਸਮੇਂ ਦੇ ਵਿੱਚ 1-2 ਸਾਲਾਂ ਦੇ ਵਿੱਚ ਤੁਸੀਂ ਪ੍ਰਦਰਸ਼ਨ ਦਿਖਾਲਣੇ ਆ। ਬਹੁਤ ਵਧੀਆ ਗੱਲ ਆ, ਦੱਸਣਾ ਚਾਹੀਦਾ ਸਾਨੂੰ ਆਪਣੇ ਬੱਚਿਆਂ ਨੂੰ ਟੂਰਨਾਮੈਂਟਾਂ 'ਤੇ ਲੈ ਕੇ ਆਉਣਾ ਚਾਹੀਦਾ ਆ, ਅਤੇ ਸਾਡੇ ਬਜ਼ੁਰਗਾਂ ਦਾ ਸਾਡਾ ਫਰਜ਼ ਬਣਦਾ ਬੱਚਿਆਂ ਦੱਸਣ ਦਾ। ਚਾਚਾ ਜੀ ਦਾ ਬਹੁਤ ਧੰਨਵਾਦ, ਜਿਹੜਾ ਉਹ ਬੱਚਿਆਂ ਨੂੰ ਸਿੱਧੀ ਸੇਧ ਇੱਕ ਦੇ ਰਹੇ ਆ। ਖੇਡ ਜਿਹੜੀ ਆ ਸਾਡੀ ਜੀਵਨ ਦਾ ਇੱਕ ਅਨਿੱਖਰਵਾਂ ਅੰਗ ਆ ਜੀ। ਸਾਡਾ ਸੋਨੀ ਬ੍ਰਦਰ ਸੋਨੂੰ ਸੋਨੂੰ ਡਰੋਲੀ ਵਾਲਾ ਫੁੱਟਬਾਲ ਦਾ ਪੁਰਾਣਾ ਖਿਡਾਰੀ ਹੈ ਵੀ, ਸਾਡਾ ਖੇਡਿਆ ਖਿਡਾਰੀ ਹੈ ਵੀ, ਅਤੇ ਆਪਣੇ ਪਰਮ ਮਿੱਤਰ ਆ ਇਹ। ਲਓ ਜੀ, ਕੋਰਨ ਲਾ ਰਹੇ ਆ ਰੂਪੀ ਵਾਲੇ। ਓ ਵੈਰੀ ਗੁੱਡ ਜੱਸੀ, ਬਹੁਤ ਸੋਹਣਾ ਮੈਚ ਚੱਲ ਰਿਹਾ ਜੀ, ਸਿਰਫ 5-7 ਮਿੰਟ ਰਹਿੰਦੇ ਆ ਹਾਫ ਟਾਈਮ ਹੋਣ ਵਿੱਚ। ਸੀਮਾ ਧਾਰੀ 1-0 ਦੇ ਮੁਕਾਬਲੇ ਨਾਲ ਜਿਹੜੀ ਸੀਮਾ ਧਾਰੀ ਆ ਉਹ ਅੱਗੇ ਜਾ ਰਹੀ ਆ।
ਬਹੁਤ ਸੋਹਣਾ ਖਿਡਾਰੀਆਂ ਦਾ ਬਹੁਤ ਸੋਹਣਾ ਬਹੁਤ ਸੋਹਣਾ ਕੁਰੂਪੀ ਦੇ ਖਿਡਾਰੀ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਜੰਗ ਮੈਨੂੰ ਮੁੰਡੇ ਨੂੰ ਖੇਡਦੇ ਹੋਏ ਦੇਖੀਦਾ ਆ ਸੁਖੀ ਹਾਂਜੀ ਟਰਾਈ ਗੁੱਡ ਸਿੰਧੂ ਓ ਨੋ ਸਿੰਧੂ ਟਰਾਈ ਮਾਰੀ ਪਰ ਨਹੀਂ ਕਾਮਯਾਬ ਹੋਇਆ ਸ਼ਰਮਾ ਭਰਾ ਸਾਨੂੰ ਹੱਲਾ ਸ਼ਰੀ ਦੇ ਕੇ ਗਿਆ ਜੀ ਕਹਿੰਦਾ ਖਿੱਚ ਕੇ ਰੱਖੋ ਕੰਮ ਨੂੰ ਜ਼ਰੂਰ ਜੀ ਜ਼ਰੂਰ ਹੌਸਲਾ ਵਧਾਈ ਜਿਹੜੀ ਆ ਉਹ ਜ਼ਰੂਰੀ ਆ ਚਾਹੇ ਉਹ ਖਿਡਾਰੀ ਆ ਚਾਹੇ ਉਹ ਕਮੈਂਟਰ ਆ ਚਾਹੇ ਉਹ ਸਟੂਡੀਓ ਵਾਲੇ ਸਾਡੇ ਭਾਅ ਜੀ ਹੋਣੀ ਆ ਜਦੋਂ ਕੋਈ ਵੀ ਹੌਸਲਾ ਦਿੰਦਾ ਆ ਤਾਂ ਹਰ ਇੱਕ ਇਨਸਾਨ ਦਾ ਦਿਲ ਕਰਦਾ ਵੀ ਅਸੀਂ ਰੀਝ ਨਾਲ ਕੰਮ ਕਰੀਏ ਦਲਜੀਤ ਸਾਡਾ ਬ੍ਰਦਰ ਆਇਆ ਜੀ ਲਵਾਜੀਆ ਤੋਂ ਜੀ ਆਇਆਂ ਨੂੰ ਵੈਲਕਮ ਇਹਨਾਂ ਦੇ ਫਾਦਰ ਸਾਹਿਬ ਸਾਡੇ ਪਰਮ ਮਿੱਤਰ ਆ ਵੀ ਸਿੰਧੂ ਗੁੱਡ ਕੀ ਡਿਸੀਜਨ ਹੈ ਜੀ ਰੈਫਰੀ ਸਾਹਿਬ ਦਾ ਕੀ ਡਿਸੀਜਨ ਆ ਗੋਲ ਦਾ ਡਿਸੀਜਨ ਹੈ ਜੀ ਰੈਫਰੀ ਸਾਹਿਬ ਦਾ ਸਿੰਧੂ ਸਿੰਧੂ ਧਮਾਈ ਚਾਚੇ ਨੂੰ ਵਧਾਈਆਂ ਜੀ ਧਮਾਈ ਵਾਲਿਆਂ ਸਾਰਿਆਂ ਨੂੰ ਵਧਾਈਆਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲਾਈਵ ਦੇਖ ਰਹੇ ਆ ਮੈਚ ਜਿਹੜਾ ਚੱਲ ਰਿਹਾ ਆ ਕੁਰੂਪੀ ਅਤੇ ਸੀਮਾ ਧਾਰੀ ਹੁਣ ਤੱਕ ਦਾ ਜੋ ਡਿਸੀਜਨ ਆ ਜੋ ਚੱਲ ਰਿਹਾ ਮੈਚ ਉਹਦੇ ਵਿੱਚ 2-0 ਨਾਲ ਜਿਹੜੀ ਸੀਮਾ ਧਾਰੀ ਅੱਗੇ ਜਾ ਰਹੀ ਆ ਪਹਿਲਾ ਜਿਹੜਾ ਗੋਲ ਸੀਗਾ ਉਹ ਸੁੱਖੀ ਨੇ ਕੀਤਾ ਸੀ ਅਤੇ ਦੂਸਰਾ ਮੈਚ ਪਿੰਦੂ ਧਮਾਈ ਆ ਬਹੁਤ ਹੀ ਵਧੀਆ ਸੋਲਜੀ ਖਿਡਾਰੀ ਆ ਮੇਰੇ ਹਿਸਾਬ ਨਾਲ ਹਾਫ ਟਾਈਮ ਜਿਹੜਾ ਆ ਉਹ ਹੋ ਗਿਆ ਜੀ ਹਾਫ ਟਾਈਮ ਹੋ ਗਿਆ ਜੀ ਠੀਕ ਹੈ ਜੀ ਲੱਖੀ ਕੋਚ ਨੂੰ ਕੋਚ ਨੂੰ ਸਭ ਕੁਝ ਹੋਰ ਵੀ ਕੋਈ ਲੱਖੀ ਸਾਡਾ ਬ੍ਰਦਰ ਸਾਡਾ ਲੱਖੀ ਆ ਰਿਹਾ ਜੀ ਇਹਨਾਂ ਜੇ ਵੀ ਆਪਾਂ ਨੂੰ ਫੁੱਟਬਾਲ ਦੇ ਖਿਡਾਰੀ ਰਹੇ ਆ ਅਤੇ ਭਾਣਜਾ ਸਾਹਿਬ ਨਾਲ ਆ ਉਹਨਾਂ ਦੇ ਅਤੇ ਇਹ ਵੀ ਬਹੁਤ ਵਧੀਆ ਆਪਣੇ ਖਿਡਾਰੀ ਰਹਿ ਚੁੱਕੇ ਆ ਪਰ ਮਿੱਤਰ ਆਪਣੇ ਅਤੇ ਜੀਆਂ ਨੂੰ ਵੈਲਕਮ ਆਖਦੇ ਹਾਂ ਭਾਣਜਾ ਆਪਣਾ ਨਾਲ ਆ ਜੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਸਟਾਰ ਬਣਾਉਣਾ ਅਸੀਂ ਜੀ ਇਸ ਕਰਕੇ ਅਸੀਂ ਆਪਣੇ ਕੋਸ਼ਿਸ਼ ਕਰੀ ਦੀ ਆ ਬਈ ਨਾਲ ਲੈ ਕੇ ਆਈਏ ਬੱਚਿਆਂ ਨੂੰ ਆਪਣਿਆਂ ਨੂੰ ਅਤੇ ਤਾਂ ਜੋ ਜਿੱਦਾਂ ਕਹਿੰਦੇ ਹੁੰਦੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦਾ ਆ ਸੋ ਕੋਸ਼ਿਸ਼ ਆ ਪ੍ਰਧਾਨ ਸਾਹਿਬ ਸਾਡੇ ਡਿਸੀਜਨ ਦੇ ਰਹੇ ਜੀ ਸੇਵਾ ਸਿੰਘ ਸੋਹਤਾ ਧਮਾਈ ਵਾਲਿਆਂ ਨੂੰ ਵਧਾਈਆਂ ਜੀ ਸਾਰਿਆਂ ਨਾਲ ਚਾਚੇ ਸ਼ਿਕਾਰੇ ਹੁਣਾਂ ਨੂੰ ਧਮਾਈ ਵਾਲਿਆਂ ਨੂੰ ਤੁਹਾਨੂੰ ਮੈਂ ਪਹਿਲਾਂ ਕਿਤੇ ਦੱਸਿਆ ਸੀ ਲਓ ਜੀ ਚਾਚਾ ਜੀ 2 ਮਿੰਟ ਰੁਕ ਲਓ ਜੀ ਚਾਚਾ ਜੀ ਵਧਾਈਆਂ ਵੀ ਖੜ ਜਾਵੇ ਮੁੰਡਿਆ ਆ ਜਾਓ ਧਮਾਈ ਵਾਲਿਓ ਆ ਜਾਓ ਉੱਠ ਕੇ ਜੱਸੀ ਬ੍ਰਦਰ ਆਪਣਾ ਹਰਿਆਣੇ ਵਾਲਾ ਮੁੰਡਾ ਜੱਸੀ ਭਰਾ ਆਪਣਾ ਇਹਨਾਂ ਦਾ ਵੀ ਆਪਣਾ ਸਹਿਯੋਗ ਬਹੁਤ ਆ ਜੱਸੀ ਭਰਾ ਦਾ ਹਰਿਆਣੇ ਦਾ ਮੁੰਡਾ ਆਪਣਾ ਫਰੈਂਡ ਆ ਇਹ ਅਤੇ ਇਹਦਾ ਵੀ ਆਪਣਾ ਕਿਤੇ ਵੀ ਜਾਈਏ ਅਸੀਂ ਮੈਚ ਦੇਖਣ ਜਾਂ ਕਿੱਦਾਂ ਬੱਸ ਦੇ ਵਿੱਚ ਜਾਂ ਕਿਤੇ ਵੀ ਇਹਦਾ ਨਾਲ ਸਾਡੇ ਪ੍ਰੋਪਰ ਜਾਂਦਾ ਆ ਸਹਿਯੋਗ ਦਿੰਦਾ ਆ ਲਓ ਜੀ ਧਮਾਈ ਕਲੱਬ ਇਕੱਠਾ ਹੋ ਗਿਆ ਜੀ ਧਮਾਈ ਵਾਲਿਓ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਿੰਦੂ ਨੇ ਤੁਹਾਡੇ ਨੇ ਗੋਲ ਕੀਤਾ ਹੈ ਜੀ ਮੈਂ ਤੁਹਾਨੂੰ ਜਦੋਂ ਪਹਿਲਾਂ ਦੱਸਿਆ ਸੀ ਵੀ ਜਿੰਨੀਆਂ ਸਾਡੀਆਂ ਟੀਮਾਂ ਹੈਗੀਆਂ ਉਹਨਾਂ ਦੇ ਵਿੱਚ ਤਕਰੀਬਨ ਧਮਾਈ ਦਾ ਕੋਈ ਨਾ ਕੋਈ ਖਿਡਾਰੀ ਜਿਹੜਾ ਆ ਉਹ ਪ੍ਰਦਰਸ਼ਨ ਕਰ ਰਿਹਾ ਆ ਅਤੇ ਅਸੀਂ ਇਹਨਾਂ ਬੱਚਿਆਂ ਨੂੰ ਵੀ ਇਹੀ ਕਹਿੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਰਾਊਂਡਾਂ ਦੇ ਸਟਾਰ ਬਣਨਾ ਤੁਸੀਂ ਮਿਹਨਤ ਕਰੋ ਗਰਾਊਂਡ ਦੇ ਨਾਲ ਟੱਚ ਰਹੋ ਗੇਮ ਖੇਡੋ ਬਹੁਤ ਵਧੀਆ ਬਹੁਤ ਸੋਹਣਾ ਹਾਫ ਟਾਈਮ ਜਿਹੜਾ ਹੋ ਚੁੱਕਾ ਆ ਆਰਾਮ ਦੇ ਪਾਲਿਆ ਅਤੇ ਫੌਜੀ ਸਾਹਿਬ ਸਾਡੇ ਗਰਾਊਂਡ ਦੇ ਵਿੱਚ ਗੇੜਾ ਦੇ ਰਹੇ ਆ ਸਾਡੀਆਂ ਬੀਬੀਆਂ ਭੈਣਾਂ ਬੱਚੀਆਂ ਪਹੁੰਚੀਆਂ ਆ ਉਹਨਾਂ ਦਾ ਵੀ
ਇੱਥੇ ਆਉਣ ਦੇ ਜੀਆਂ ਨੂੰ ਵੈਲਕਮ ਆਖਦੇ ਹਾਂ। ਕਿਸੇ ਦਾ ਭਰਾ, ਕਿਸੇ ਦਾ ਪੁੱਤ, ਕਿਸੇ ਦਾ ਪਤੀ ਇਸ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰ ਰਿਹਾ ਆ ਅਤੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਸਾਡੀਆਂ ਭੈਣਾਂ ਬੀਬੀਆਂ ਪਹੁੰਚਦੀਆਂ ਟੂਰਨਾਮੈਂਟਾਂ 'ਤੇ ਅਤੇ ਬਹੁਤ ਵਧੀਆ ਜੀਆਂ ਨੂੰ ਵੈਲਕਮ ਆਖਦੇ ਹਾਂ। ਲਓ ਜੀ ਸਰਦਾਰ ਸਾਹਿਬ ਸਾਡੇ ਕਰ ਰਹੇ ਆ ਪ੍ਰਦਰਸ਼ਨ, ਇੰਜੋਏ ਕਰ ਰਹੇ ਜੀ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਆਉਣ ਵਾਲੇ ਸਮੇਂ ਦੇ ਸਟਾਰ ਜਿਹੜੇ ਆ ਇਹ ਅਸੀਂ ਅੱਜ ਜਿਹੜੇ ਲਾਈਨਾਂ 'ਤੇ ਬੈਠੇ ਸਟਾਰ ਨਾ, ਉਹ ਕਿਸੇ ਟਾਈਮ ਇਹ ਗਰਾਊਂਡ ਦੇ ਵਿੱਚ ਸਟਾਰ ਬਣ ਗਏ। ਰਾਮਦੇਵ ਪਾਲ ਦੇ ਟਾਈਮ ਦੇ ਵਿੱਚ ਉਹ ਆਪਣਾ ਇੰਜੋਏ ਵੀ ਕਰ ਰਿਹਾ ਔਰ ਪ੍ਰਦਰਸ਼ਨ ਵੀ ਦਿਖਾ ਰਿਹਾ ਆ। ਸਰਦਾਰ ਸਾਹਿਬ ਸਿੰਘ ਇਜ਼ ਕਿੰਗ, ਬਹੁਤ ਸੋਹਣਾ, ਬਹੁਤ ਵਧੀਆ। ਸਾਹਮਣੇ ਖੜਾ ਕੈਮਰੇ ਵਾਲ ਦੇਖ, ਇੱਧਰ ਪਿਛਲੇ ਪਾਸੇ ਇੱਕ ਮਿੰਟ, ਇੱਧਰ ਆ ਜਾਓ, ਤੁਰ ਕੇ ਆ ਜਾਓ। ਲਓ ਜੀ ਸਾਡੇ ਦਵਿੰਦਰ ਸਿੰਘ ਜੀ, ਦਵਿੰਦਰ ਸਾਡਾ ਖਾਲਸਾ, ਸਾਡਾ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਰਹਿ ਚੁੱਕਾ ਆ, ਇੰਡੀਆ ਜਾ ਕੇ ਭਲਵਾਨੀ ਵੀ ਕੀਤੀ ਆ ਅਤੇ ਹੁਣ ਇਸ ਟਾਈਮ ਸੁਭਾਵਾਂ ਨਿਭਾ ਰਹੇ ਆ ਕਮੇਟੀ ਦੇ ਵਿੱਚ ਬਤੌਰ ਕਮੇਟੀ, ਅਤੇ ਖਾਲਸੇ ਦੇ ਰੂਪ ਵਿੱਚ ਆ ਗਿਆ ਜੀ ਮੇਰਾ ਬਦਰ। ਬਹੁਤ ਖੁਸ਼ੀ ਹੁੰਦੀ ਆ, ਠੀਕ ਹੈ ਜੀ, ਬਹੁਤ ਵਧੀਆ ਆ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਬਹੁਤ ਸਹਿਯੋਗ ਹੈ ਇਹਨਾਂ ਦਾ ਟੂਰਨਾਮੈਂਟ ਦੇ ਵਿੱਚ ਅਤੇ ਬਹੁਤ ਵਧੀਆ ਹਾਫ ਟਾਈਮ ਰੈਸਟ ਮਿਲਦੇ ਆ ਛੋਟੀ ਜਿਹੀ ਬ੍ਰੇਕ ਦੇ ਬਾਅਦ। ਜਿੰਨੇ ਵੱਸਦੇ ਰਹੋ, ਲਾਈਵ ਜੁੜੇ ਰਹੋ, ਲਵ ਯੂ ਆਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਡੇ ਬਿੱਲਾ ਜੀ ਲੇਟ ਹੋ ਗਏ ਆ ਪਰ ਪਹੁੰਚੇ ਸਾਡੇ ਕੋਲ ਜੀਆਂ ਨੂੰ ਵੈਲਕਮ। ਬਿੱਲਾ ਬੱਦੋਵਾਲ ਤੋਂ, ਗਰੀਸ ਦੇ ਵਿੱਚ ਬਿੱਲਾ ਚੱਕੀ ਵਾਲੇ ਦੇ ਨਾਂ ਦੇ ਨਾਲ ਜਿਹੜੇ ਮਸ਼ਹੂਰ ਆ, ਅਤੇ ਇਹਨਾਂ ਦੇ ਡੈਡੀ ਸਰਦਾਰ ਅਵਤਾਰ ਸਿੰਘ ਜੀ, ਉਹਨਾਂ ਦਾ ਸਾਡੇ ਨਾਲ ਬੜਾ ਪਹਿਲਾਂ ਤੋਂ ਸਹਿਯੋਗ ਹੈ। ਅਜੇ ਮੁੰਡਾ ਇਹ ਵੀ ਆਪਣਾ ਪਾਰਟੀ ਵਿੱਚ ਨਵਾਂ ਫਰੈਂਡ ਮੁੰਡਾ ਜੁੜਿਆ ਆਪਣਾ, ਬਹੁਤ ਇਹਦਾ ਵੀ ਸਹਿਯੋਗ ਹੁੰਦਾ ਜਿੱਥੇ ਵੀ ਟੂਰਨਾਮੈਂਟ 'ਤੇ ਜਾਈਏ। ਅਤੇ ਸਰਦਾਰ ਸਾਹਿਬ ਆਏ ਆ, ਪਹੁੰਚੇ ਆ ਸਾਡੇ ਟੂਰਨਾਮੈਂਟ 'ਤੇ, ਮਨਦੀਪ ਸਿੰਘ ਭਾਅ ਜੀ ਵੈਲਕਮ ਜੀਆਂ ਨੂੰ ਤੁਹਾਡੇ ਇੱਥੇ ਪਹੁੰਚਣ 'ਤੇ। ਅਤੇ ਭਚੰਗੀ ਸਿੰਘ, ਜੁਝਾਰ ਸਿੰਘ, ਗੁਰਜੋਤ ਸਿੰਘ ਸਰਦਾਰ ਸਾਹਿਬ ਸਾਡੇ ਇਹ ਵੀ ਪਹੁੰਚੇ ਆ। ਬੱਚੇ ਆਏ ਆ ਇੰਜੋਏ ਕਰਨ ਦੀ, ਨਾਲੇ ਮੈਚ ਦੇਖਣ। ਜੀਆਂ ਨੂੰ ਵੈਲਕਮ। ਬਿੱਲਾ ਭਾਅ ਜੀ ਆ ਜਾਓ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਏ ਹੋ, ਪਹੁੰਚੇ ਜੀ। ਲੇਟ ਹੋ ਗਿਆ ਪਰ ਚਲੋ ਕੋਈ ਨਹੀਂ, ਠੀਕ ਹੈ, ਵਧੀਆ ਜੀ।
ਲਓ ਜੀ ਦੂਜੇ ਹਾਫ ਦੀ ਗੇਮ ਜਿਹੜੀ ਸ਼ੁਰੂ ਹੋਣ ਲੱਗੀ ਆ ਸੀਮਾ ਧਾਰੀ ਤੇ ਕਰੂਪੀ 2-0 ਸੀਮਾ ਧਾਰੀ ਕਰੂਪੀ 0 ਮੈਚ ਸਟਾਰਟ ਹੋਣ ਲੱਗਾ ਜੀ ਲਓ ਜੀ ਮੈਚ ਸਟਾਰਟ ਹੋ ਗਿਆ ਜੀ ਗਰੁੱਪੀ ਸੀਮਤ ਵਾਲੀ ਬਹੁਤ ਸੋਹਣਾ ਦਰਸ਼ਕ ਬਹੁਤ ਹੁਣ ਹੁਮਾ ਕੇ ਪਹੁੰਚੇ ਆ ਮੈਚ ਦੇਖਣ ਦੇ ਲਈ
ਦੂਰੋਂ ਨੇੜੇ ਸੰਗਤ ਆਈ ਹੈ ਜੀ ਜੀ ਆਇਆਂ ਨੂੰ ਵੈਲਕਮ ਆਖਦੇ ਸਾਰਿਆਂ ਦਾ ਫੋਨ ਜੋ ਮਿਲਿਆ ਸੀ ਮੁੰਡਾ ਕੁੱਕੀ ਦਾ ਲਾਉਣ ਲੱਗਾ ਜੀ ਬਹੁਤ ਸੋਹਣਾ ਵੈਰੀ ਗੁੱਡ Very good. Good action. ਖਿਡਾਰੀਆਂ ਦੇ ਆਪਣੇ ਆਪਣੇ ਐਕਸ਼ਨ ਹੁੰਦੇ ਆ ਫੁੱਟਬਾਲ ਦੇ ਆਪਣੇ ਐਕਸ਼ਨ ਕਰ ਰਹੇ ਮੁੰਡੇ ਕਬੱਡੀ ਦੇ ਆਪਣੇ ਐਕਸ਼ਨ ਹੁੰਦੇ ਆ ਜਿਹੜੇ ਖਿਡਾਰੀ ਜੋਸ਼ ਦੇ ਵਿੱਚ ਹੁੰਦੇ ਆ ਸੋਹਣੇ ਲੱਗਦੇ ਆ ਕਿਉਂਕਿ ਨਾਲ ਨਾਲ ਇੰਜੋਏ ਵੀ ਹੁੰਦਾ ਆ ਲਓ ਜੀ ਫੌਲ ਮਿਲਿਆ ਸੀਮਾ ਧਰੀ ਵਾਲਿਆਂ ਨੂੰ ਬਹੁਤ ਚਾਂਸ ਜਿਹੜੇ ਇੱਥੇ ਬਣ ਸਕਦੇ ਆ ਗੋਲ ਦੇ ਦੇਖੋ ਕੀ ਰਣਨੀਤੀ ਹੈ ਗਰੁੱਪੀ ਵਾਲਿਆਂ ਦੀ ਕਰਨ ਕਰਨ ਲਾ ਰਿਹਾ ਫੌਲ ਬਹੁਤ ਸੋਹਣਾ Yeah.
ਜੱਸੀ ਓਲਡ ਇਜ਼ ਗੋਲਡ ਬਹੁਤ ਪੁਰਾਣਾ ਖਿਡਾਰੀ ਸਾਡਾ ਜੱਸੀ ਬਹੁਤ ਹੀ ਸੋਹਣਾ ਜਿਹੜਾ ਮੈਚ ਚੱਲ ਰਿਹਾ ਆ ਦਰਸ਼ਕ ਆਨੰਦ ਮਾਣ ਰਹੇ ਆ ਜਿੰਨੇ ਵੀ ਮੇਰੇ ਵੀਰ ਭਾਈ ਜਿਹੜੇ ਲਾਈਵ ਆਨੰਦ ਮਾਣ ਰਹੇ ਆ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਜੁੜੇ ਰਹੋ ਰਾਏ ਸਟੂਡੀਓ ਦੇ ਨਾਲ ਜੋ ਸਾਡੇ ਗਰੀਸ਼ ਦੇ ਵਿੱਚ ਹਰ ਇੱਕ ਪ੍ਰੋਗਰਾਮ ਜਿਹੜਾ ਉਹ ਲਾਈਵ ਕਰਕੇ ਤੁਹਾਨੂੰ ਦਿਖਾਉਂਦੇ ਆ ਨਹੀਂ ਬਹੁਤ ਸੋਹਣੀ ਟਰਾਈ ਰੂਪੀ ਦੇ ਮੁੰਡੇ ਦੀ ਬਹੁਤ ਸੋਹਣੀ ਟਰਾਈ ਪਰ ਆਊਟ ਬਹੁਤ ਸੋਹਣਾ ਮੈਚ ਟਫ ਮੈਚ ਚੱਲ ਰਿਹਾ ਆ ਬਹੁਤ ਸੋਹਣਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਦੋਨੇ ਟੀਮਾਂ ਲਓ ਜੀ ਧਮਾਈ ਵਾਲਿਆਂ ਨੂੰ ਹੋਰ ਵਧਾਈਆਂ ਜੀ ਪਿੰਦੂ ਸਾਡਾ ਬ੍ਰਦਰ ਇੱਕ ਗੋਲ ਹੋਰ ਉਹਨੇ ਜਿਹੜਾ ਕੀਤਾ ਦਾਗਿਆ ਰੂਪੀ ਟੀਮ 'ਤੇ ਸੋ ਅੱਜ ਤਾਂ ਪਾਰਟੀ ਬਣਦੀ ਹੈ ਧਮਾਈ ਵਾਲਾ ਸਰ ਜਿੰਨੇ ਵੀ ਮੇਰੇ ਵੀਰ ਲਾਈਵ ਵੀ ਦੇਖ ਰਹੇ ਆ ਨਾ ਕਿਸੇ ਦਾ ਕੋਈ ਕਨੈਕਸ਼ਨ ਹੈਗਾ ਆ ਧਮਾਈ ਵਾਲਿਆਂ ਨਾਲ ਤਾਂ ਤੁਸੀਂ ਪਾਰਟੀ ਲੈ ਸਕਦੇ ਆ ਹੱਕਦਾਰ ਆ ਤੁਸੀਂ ਬਹੁਤ ਵਧੀਆ ਜਿਹੜਾ ਆ ਟੂਰਨਾਮੈਂਟ ਵੀ ਚੱਲ ਰਿਹਾ ਇੰਜੋਏ ਕਰ ਰਹੇ ਆਪਾਂ 3-0 ਦੇ ਨਾਲ ਜਿਹੜੀ ਸੀਮਾ ਦੀ ਟੀਮ ਹੈ ਉਹ ਅੱਗੇ ਜਾ ਰਹੀ ਆ ਅਤੇ ਕਰੋ ਇੰਜੋਏ ਲਓ ਜੀ ਮੈਚ ਸ਼ੁਰੂ ਹੋ ਗਿਆ ਆ ਬਹੁਤ ਸੋਹਣਾ ਪਹਿਲਾ ਗੋਲ ਖੇਲ ਦਿੱਤਾ ਸੀ ਤੇ ਦੂਜਾ ਤੇ ਤੀਜਾ ਸਾਰੇ ਮੁੰਡੇ ਦਾ ਵਧੀਆ ਆਪਣੇ ਬਾਅਦ ਮੈਂ ਤੁਹਾਨੂੰ ਫੋਨ ਕਰਦਾ ਮੈਂ ਕਰਦਾ ਮੈਂ ਚੱਲਦਾ ਹੋਇਆ ਮੈਂ ਕਹਿੰਦਾ ਕੋਲ ਨਹੀਂ ਕਿਸੇ ਨੂੰ ਸਮਾਂ ਨਹੀਂ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਬੋਲਣਾ ਨਹੀਂ ਮੈਂ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਿਸੇ
Good, good, good. ਬਹੁਤ ਹੀ ਸੋਹਣਾ ਜਿਹੜਾ ਮੈਚ ਚੱਲ ਰਿਹਾ ਆ ਜਿੱਦਾਂ ਮੈਂ ਤੁਹਾਨੂੰ ਅੱਗੇ ਆਖਿਆ ਸੀ ਵੀ ਮਤਲਬ ਜਿੱਦਾਂ ਜਿੱਦਾਂ ਟਾਈਮ ਲੱਗੇ ਜਾਈ ਜਾਂਦਾ ਉਦੋਂ ਉਦੋਂ ਮੈਚ ਜਿਹੜਾ ਤੇਜ਼ੀ ਹੋ ਜਾਂਦੀ ਆ ਤੇ ਟਫ ਹੋ ਜਾਂਦਾ ਹੈ ਬਹੁਤ ਵਧੀਆ ਪ੍ਰਦਰਸ਼ਨ ਦਿਖਾ ਰਹੀਆਂ ਦੋਨੇ ਟੀਮਾਂ ਗਰੁੱਪੀ ਦੀ ਟੀਮ ਦੇ ਵੀ ਹੌਸਲੇ ਬੁਲੰਦ ਆ ਪੂਰੇ ਹਜੇ ਜਦੋਂ ਜਦ ਪੂਰੀ ਆ ਸਾਹਿਲ ਜੋ ਸੀਮਾ ਦਾ ਟੀਮ ਦਾ ਡਿਫੈਂਡਰ ਆ ਬਹੁਤ ਸੋਹਣਾ ਆ ਬੱਲੀ ਧਮਾਈ ਵਾਲੇ ਦਾ ਨਹੀਂ ਸੋਰੀ ਬੱਲੀ ਚੰਦੇਲੀ ਵਾਲੇ ਦਾ ਲੜਕਾ ਆ ਜੀ ਪਿੰਦੂ ਗੁੱਡ ਨਹੀਂ ਜੀ ਗੋਲ ਨਹੀਂ ਆਫ ਸਾਈਡ ਜਿਹੜਾ ਦਿੱਤਾ ਆ ਨਹੀਂ ਵੀ ਜਿਹੜਾ ਗੋਲ ਨਹੀਂ ਦਿੱਤਾ ਗਿਆ ਕਿਉਂਕਿ ਡਿਸੀਜਨ ਜਿਹੜਾ ਸੀਗਾ ਉਹ ਲਾਈਨਮੈਨ ਦਾ ਸੀਗਾ ਵੀ ਆਪਣਾ ਉਹ ਮੁੰਡਾ ਆਫਸਾਈਡ ਨਹੀਂ ਹੋਇਆ ਨਹੀਂ ਹੋਇਆ ਆਫਸਾਈਡ ਨਹੀਂ ਨਹੀਂ ਇਹ ਗੋਲ ਨਹੀਂ ਹੋਇਆ ਹੈਗਾ ਜੀ ਉਹ ਯਾਰ ਨਾਈਸ ਯਾਰ ਮਾਰ ਗੋਲ ਆ ਲਓ ਜੀ ਗੋਲ ਜਿਹੜਾ ਇਹ ਹੋ ਗਿਆ ਆ ਰੈਫਰੀ ਸਾਹਿਬ ਨੇ ਡਿਸੀਜਨ ਜਿਹੜਾ ਦਿੱਤਾ ਗੋਲ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਤੁਸੀਂ ਲਾਈਵ ਦੇਖ ਰਹੇ ਆ ਜਿਹੜਾ ਇਹ ਚੌਥਾ ਗੋਲ ਆ ਸੀਮਾ ਧਾਰੀ ਵਾਲੇ ਨੇ ਕਰ ਦਿੱਤਾ ਕਰੁੱਪੀ ਸਰ ਸੁੱਖੀ ਮੰਡੀ ਵਾਲੇ ਨੇ ਜਿਹੜਾ ਪਹਿਲਾ ਗੋਲ ਵੀ ਉਹਨੇ ਕੀਤਾ ਸੀ ਉਸ ਤੋਂ ਬਾਅਦ ਪਿੰਦਰ ਨੇ ਦੋ ਗੋਲ ਕੀਤੇ ਧਮਾਈ ਵਾਲੇ ਨੇ ਅਤੇ ਹੁਣ ਸੁੱਖੀ ਨੇ ਗੋਲ ਕੀਤਾ ਆ ਮੰਡੀ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਜਿੰਨੇ ਵੀ ਦੇਖਦੇ ਆ ਮੰਡੀ ਵਾਲੇ ਉਹ ਪਾਰਟੀ ਤੁਹਾਡੇ ਸਿਰ ਵੀ ਹੋ ਗਈ ਆ ਪਾਰਟੀਆਂ ਇਕੱਠੀਆਂ ਕਰਨੀਆਂ ਜੀ ਹੁਣ ਅਸੀਂ ਓਕੇ ਜੀ ਕਰੋ ਇੰਜੋਏ ਮੋਰੋ ਮੰਡੀ ਇਹ ਜੀ ਮੰਡੀ ਮੋਰੋ ਮੰਡੀ ਸਾਡੇ ਰਾਏ ਸਾਹਿਬ ਦਾ ਪਿੰਡ ਜਿਹੜਾ ਰਾਏ ਸਟੂਡੀਓ ਵਾਲਾ ਦਾ ਮੋਰੋ ਅਤੇ ਮੰਡੀ ਇਹ ਆਪਾਂ ਕਹਿ ਸਕਦੇ ਹਾਂ 50 ਪੈਸੇ ਪਾਰਟੀ ਜਿਹੜੀ ਆ ਜੀ ਇਹ ਮੋਰੋ ਵਾਲਾ ਸਿਰ ਵੀ ਹੋ ਗਈ ਆ ਅਸੀਂ ਤਾਂ ਦੇਖੋ ਨਾਲੇ ਇੰਜੋਏ ਕਰਨਾ ਨਾਲੇ ਪਾਰਟੀਆਂ ਇਕੱਠੀਆਂ ਕਰਨੀਆਂ ਆ ਅਤੇ ਮੋਰੋ ਮੰਡੀ ਵੱਜਦਾ ਪਿੰਡ ਅਤੇ ਪਾਰਟੀ ਵੀ ਰਾਏ ਸਾਹਿਬ ਕਹਿੰਦੇ ਕੋਈ ਗੱਲੇ ਨਹੀਂ ਆ ਪਾਰਟੀ ਕਹਿੰਦੇ ਜਿੱਥੇ ਕਹੋ ਜਦੋਂ ਕਹੋ ਪਾਰਟੀ ਇੱਧਰ ਦੀ ਸਤਨਾਮ ਭਾਅ ਜੀ ਸਤਨਾਮ ਢੀਂਡ ਸਾਹਿਬ ਭਾਅ ਜੀ ਸਾਡਾ ਬਹੁਤ ਸਹਿਯੋਗ ਇਹਨਾਂ ਦਾ ਸਾਡੇ ਨਾਲ ਟਰਾਲੀਆ ਸਤਨਾਮ ਸਿੰਘ ਭਾਅ ਜੀ ਇਹਨਾਂ ਦਾ ਸਾਡਾ ਇਹ ਗੁਰਦੁਆਰਾ ਸਾਹਿਬ ਵਿੱਚ ਅਸੀਂ ਬਹੁਤ ਇਹਨਾਂ ਸਹਿਯੋਗ ਆ ਇਹਨਾਂ ਦੇ ਟੂਰਨਾਮੈਂਟ ਵੀ ਸਹਿਯੋਗ ਇਹਨਾਂ ਦਾ ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਅਤੇ ਕਰੋ ਇੰਜੋਏ ਜੀ ਮੈਚ ਹੁਣ ਅਸੀਂ ਟਾਈਮ ਬਹੁਤ ਥੋੜ੍ਹਾ ਰਹਿੰਦਾ ਆ ਅਤੇ ਪੈਤਰੋ
ਸਭ ਸਾਡੇ ਕੋਚ ਸਾਹਿਬ ਨਿਆਣੇ ਦੇ ਚੇਂਜ ਕਰ ਰਹੇ ਆ, ਨਵੇਂ ਮੁੰਡੇ ਜਿਹੜੇ ਆ ਬਾਹਰ ਖੜ੍ਹੇ ਉਹਨਾਂ ਨੂੰ ਮੌਕਾ ਦੇ ਰਹੇ ਆ। ਵਧੀਆ ਆ, ਬਣਦਾ ਵੀ ਆ, ਬਹੁਤ ਵਧੀਆ ਡਿਸੀਜਨ ਆ ਉਹਨਾਂ ਦਾ। ਲਓ ਜੀ ਸਾਹਿਲ, ਸਾਹਿਲ ਦੇਖੋ ਖਿਡਾਰੀਆਂ ਦੇ ਕਿੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਨਾਂ ਆ, ਕੋਈ ਪੰਜਾਬ ਕੋਈ ਸਾਹਿਲ, ਬਹੁਤ ਸੋਹਣਾ। ਕੋਈ ਵੀ ਮੇਰਾ ਵੀ ਰਿਮਾਇੰਡ ਨਾ ਕਰੇ, ਗਰੁੱਪੀ ਵਾਲੇ ਮੁੰਡਿਆਂ ਦੇ ਜਿੱਦਾਂ ਨਾਂ ਸਾਨੂੰ ਪ੍ਰੋਪਰ ਯਾਦ ਨਹੀਂ ਹੈਗੇ, ਅਤੇ ਬਹੁਤ ਵਧੀਆ ਜਿਹੜਾ ਉਹ ਪ੍ਰਦਰਸ਼ਨ ਕਰ ਰਿਹਾ ਗਰੁੱਪੀ ਵਾਲੇ ਮੁੰਡੇ, ਸਾਡੇ ਬੱਚੇ ਆ, ਸਾਡੇ ਬ੍ਰਦਰ ਆ। ਅੱਗੇ ਤੋਂ ਕੋਸ਼ਿਸ਼ ਕਰਾਂਗੇ, ਹੌਲੀ ਹੌਲੀ ਮਤਲਬ ਸੁਧਾਰ ਕਰਾਂਗੇ, ਨਾਲ ਉਹਨਾਂ ਦਾ ਬੰਦਾ ਜਿਹੜਾ ਖੜ੍ਹਾ ਕਰਾਂਗੇ ਅਸੀਂ ਨਾਲ ਆਪਣੇ, ਜੋ ਸਾਨੂੰ ਪ੍ਰੋਪਰ ਨਾਂ ਦੱਸ ਸਕੇ। ਬਹੁਤ ਸੋਹਣਾ ਪ੍ਰਦਰਸ਼ਨ ਗਰੁੱਪੀ ਟੀਮ ਦਾ, ਤੀਰ ਵਾਂਗੂ ਵੱਧ ਰਹੇ ਆ ਮੁੰਡੇ, ਤੀਰ ਵਾਂਗੂ। ਜੱਸੀ, ਜੱਸੀ ਤੁਹਾਨੂੰ ਮੈਂ ਜਦੋਂ ਪਹਿਲਾਂ ਵੀ ਆਖਿਆ ਸੀ ਓਲਡ ਇਜ਼ ਗੋਲਡ, ਜੱਸੀ ਬਹੁਤ ਪੁਰਾਣਾ ਖਿਡਾਰੀ ਆ। ਮਨਰਾਜ, ਮਨਰਾਜ, ਮਨਰਾਜ ਗੜੀ ਮੱਟੋ, ਗੜੀ ਮੱਟੋ ਪਿੰਡ ਆ ਮੁੰਡੇ ਦਾ, ਬਹੁਤ ਸੋਹਣਾ, ਵਧੀਆ ਸ਼ੂਟ ਸੀਗਾ, ਬਹੁਤ ਸੋਹਣਾ ਮੁੰਡਾ ਖੇਡ ਰਿਹਾ ਆ। ਗੜੀ ਮੱਟੂ ਪਿੰਡ ਆ ਇਹਦਾ, ਸਾਡਾ ਲਾਡੀ ਬ੍ਰਦਰ ਆ ਉਹਦਾ, ਲਫਤੇ ਜਿਗਰ ਆ ਉਹਦਾ ਲੜਕਾ ਆ ਇਹ। ਪਹਿਲਾਂ ਤੁਹਾਨੂੰ ਸਰਦਾਰ ਜੀ ਦੀ ਇੱਕ ਇੰਟਰੋਡਕਸ਼ਨ ਕਰਾਈ ਸੀ ਗੜੀ ਵਾਲੇ ਦੀ, ਦਵਿੰਦਰ ਭਾਅ ਦਾ ਪੇਂਡੂ ਆ ਜੀ ਇਹ, ਦਵਿੰਦਰ ਭਾਅ ਦਾ ਗੜ ਸ਼ੰਕਰ ਦੇ ਬਿਲਕੁਲ ਨਾਲ ਪਿੰਡ ਪੈਂਦਾ। ਬਹੁਤ ਸੋਹਣਾ, ਬਿੰਦੂ ਧਮਾਈ ਵਾਲੇ ਹੋ, ਧਮਾਈ ਵਾਲੇ ਹੋ ਜਾਓ ਤਕੜੇ। ਮੈਨੂੰ ਲੱਗਦਾ ਜੇ ਕਿਤੇ ਬਿੰਦੂ ਨੂੰ ਗੋਲੇ ਕਰਤਾ ਨਾ ਇੱਕ ਹੋਰ, ਤਾਂ ਸਿੱਧੀਆਂ ਗੱਡੀਆਂ ਛੂਕਦੀਆਂ ਜਾਣੀਆਂ ਜੀ, ਫਿਰ ਪਰਾਲੀਆਂ ਨੂੰ, ਗੱਡੀਆਂ ਪਰਾਲੀਆਂ ਨੂੰ ਜਾਣਗੀਆਂ ਛੂਕਦੀਆਂ ਫਿਰ। ਬਹੁਤ ਸੋਹਣੀ ਟਰਾਈ ਅੱਜ ਮੋਰੋ ਮੰਡੀ ਵਾਲਾ, ਧਮਾਈ ਵਾਲੇ ਛਾਏ ਹੋ ਜੀ ਫੁੱਟਬਾਲ ਦੀ ਸਾਡੇ। ਥੋੜ੍ਹੇ 15 ਮਿੰਟ ਪੂਰੀ ਚਾਰ ਕੋਲ
ਪੁੱਛਣਾ ਬੋਰੀ ਦੀ ਪ੍ਰੀਆ ਮੈਂ ਇੱਥੋਂ ਤੇਰੇ ਕੋਲ ਨੂੰ ਭੇਜਤਾ ਤੇਰਾ ਫੋਨ ਕੱਟ ਕੇ ਤਦ ਕਰਮਜੀਤ ਨੂੰ ਭੇਜ ਦਿੱਤਾ ਇੱਥੇ ਨੂੰ ਠੀਕ ਹੈ ਆ ਪਾਣੀ ਲੈ ਲਾ ਉਹ ਕੋਈ ਨੀ ਮਾਰਕ ਮੈਚ ਬਹੁਤ ਵਧੀਆ ਚੱਲ ਰਿਹਾ ਆ ਅਤੇ ਲਾਸਟ ਪਲ ਜਿਹੜੇ ਆ ਮੈਚ ਦੇ ਹੁਣ 3-4 ਮਿੰਟ ਰਹਿੰਦੇ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਮਤਲਬ ਜਿੱਦਾਂ ਜਿੱਦਾਂ ਮੈਚ ਐਂਡ 'ਤੇ ਜਾਈ ਜਾਂਦਾ ਉਦੋਂ ਉਦੋਂ ਹੀ ਤੇਜ਼ ਹੋ ਜਾਂਦਾ ਫਾਸਟ ਹੋ ਜਾਂਦਾ ਨਹੀਂ ਰੈਫਰੀ ਦੀ ਵਿਸਲ ਤੋਂ ਬਗੈਰ ਜਿਹੜਾ ਮੁੰਡੇ ਨੇ ਕਿੱਕ ਲਾਤੀ ਆ ਦੁਆਰਾ ਜਿਹੜੀ ਲੱਗੂਗੀ ਕੋਰਨਰ ਬਹੁਤ ਵਧੀਆ ਟਰਾਈ ਸੀ ਲਿਓ
ਮੈਚ ਸਟਾਰਟ ਹੋ ਗਿਆ ਜੀ ਬਹੁਤ ਸੋਹਣਾ ਪੈਟਰੋ ਪੈਟਰੋ ਜੱਸੀ ਜੱਸੀ ਬੜੇ ਦੇ ਬੋਲ ਪਾ ਦੇ ਬਹੁਤ ਸੋਹਣਾ ਮੈਚ ਚੱਲ ਰਿਹਾ ਜੀ ਸਿਰਫ 5 ਕੁ ਮਿੰਟ ਰਹਿੰਦੇ ਆ ਲੈਡਰ ਕਰਨ ਸ਼ਾਬਾਸ਼ ਬਹੁਤ ਸੋਹਣੀ ਟ੍ਰਾਈ ਅਖੀਰੀ ਪਲ ਮੈਚ ਦੇ ਕੋਰਨਰ ਲਾ ਰਿਹਾ ਕਰੂਪੀ ਵਾਲਾ ਮੁੰਡਾ ਬਹੁਤ ਸੋਹਣਾ ਜੱਸੀ ਫਿਰ ਜੱਸੀ ਬਹੁਤ ਵਧੀਆ ਅਖਤਰ ਅਖਤਰ ਬਹੁਤ ਸੋਹਣਾ ਬਹੁਤ ਵਧੀਆ ਟ੍ਰਾਈ ਸੀ ਗਰੁੱਪ ਵਾਲੇ ਮੁੰਡਿਆਂ ਦੀ ਜੱਸੀ ਬਹੁਤ ਸੋਹਣਾ ਵੈਰੀ ਗੁੱਡ ਇੱਕ ਮੁੰਡੇ ਬਹੁਤ ਵਧੀਆ ਸ਼ਾਟ ਲਗਾਇਆ ਹੈ ਬਹੁਤ ਵਧੀਆ ਗੇਮ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਖਿਡਾਰੀ ਬੜੇ ਪਿਆਰ ਨਾਲ
ਬੱਲੇ ਤੇਰੇ ਯਾਰ ਭਾਈ ਬਹੁਤ ਵਧੀਆ ਚੱਲੇ ਕੱਢ ਦੇ ਇਹਨੂੰ ਇਹ ਤੋਂ ਵੱਡੋ ਸ਼ਾਬਾ ਮੈਂ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਜਾ ਜਾ ਬਸ ਕੁਛ ਪਲ ਰਹਿੰਦੇ ਹੋਏ ਮੈਚਾਂ ਮੈਚ ਦੇ ਪੈਤਰੋ ਸਾਹਿਬ ਦੇ ਮੂੰਹ 'ਤੇ ਖੁਸ਼ੀ ਕਿਉਂ ਟੀਮ ਜਿਹੜੀ ਆ ਉਹ ਰਨ ਕਰ ਰਹੀ ਆ ਹਰਜੀਤ ਆ ਜਾ ਉਰਿਆ ਇੱਥੇ ਰਵੋ ਹੋਵੇ ਗੱਲ ਕਰੋ ਹੈਲੋ ਮਾਤੀ ਪਾਰਟੀ ਚੱਕਣੀ ਹੈ ਤਾਂ ਬਾਜੀ ਲੱਗਾ ਇੱਧਰ ਆਓ ਬੋਲ ਜਿਹੜਾ ਮਿਲਿਆ ਰੂਪੀ ਦੀ ਟੀਮ ਨੂੰ ਬਿਲਕੁਲ ਫਰੰਟ 'ਤੇ ਆ ਉਹ ਦਾ ਚਾਂਸ ਪੂਰਾ ਵੈਰੀ ਗੁੱਡ ਸ਼ੋਟ ਵੈਰੀ ਗੁੱਡ ਨਹੀਂ ਵੀ ਬਹੁਤ ਵਧੀਆ ਟਰਾਈ ਸੀਗੀ ਗਰੁੱਪੀ ਵਾਲੇ ਮੁੰਡੇ ਦੀ ਪਰ ਆਊਟ ਜਿਹੜਾ ਬਾਹਰ ਗਿਆ ਜਿੱਤ ਗਏ ਗਰੁੱਪੀ ਨੂੰ ਪਹਿਲਾਂ ਨੋਈ ਜਿੱਤ ਗਏ ਸੀਮਾ ਦਾ ਰਿੰਗ ਦੇ ਦਿਓ ਲਓ ਜੀ ਟਾਈਮ ਸਮਾਪਤ ਟਾਈਮ ਸਮਾਪਤ ਹੁਣ ਜੇ ਆ ਰਹੇ ਹੋ ਉਹਦਾ ਹਨੇਰਾ ਹੋ ਜਾਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਜੋ ਮੈਚ ਚੱਲ ਰਿਹਾ ਸੀ ਗਰੁੱਪੀ ਅਤੇ ਸੀਮਾਧਾਰੀ ਦਾ ਉਹਦੇ ਵਿੱਚ ਸੀਮਾਧਾਰੀ ਜਿਹੜੀ 4-0 ਦੇ ਨਾਲ ਜਿੱਤ ਗਈ ਹੈ ਮੈਚ ਸਾਰੇ ਹੀ ਸੀਮਾਧਾਰੀ ਦੇ ਜਿੰਨੇ ਵੀ ਸਪੋਰਟਰ ਆਏ ਆ ਅਤੇ ਜਿੰਨੇ ਵੀ ਤੁਸੀਂ ਲਾਈਵ ਦੇਖ ਰਹੇ ਹਾਂ ਸਪੋਰਟ ਕਰ ਰਹੇ ਹਾਂ ਉਹਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਗਰੁੱਪੀ ਵਾਲੂ ਵੀ ਬਹੁਤ ਵਧੀਆ ਉਹਨੇ ਪ੍ਰਦਰਸ਼ਨ ਕੀਤਾ ਆ ਬਹੁਤ ਵਧੀਆ ਖੇਡੇ ਆ ਬਹੁਤ ਵਧੀਆ ਪਿਆਰ ਨਾਲ ਉਹਨੇ ਖੇਡ ਦਿਖਾਈ ਆਪਣੀ ਬਹੁਤ ਵਧੀਆ ਜ਼ਬਰਦਸਤ ਖੇਡ ਦਿਖਾਈ ਆ ਉਹ ਗੱਲ ਜਿੱਦਾਂ ਕਹਿੰਦੇ ਹੁੰਦੇ ਭਾਈ ਦੋ ਭਲਵਾਨ ਪੌਦੇ ਇੱਕ ਨੇ ਢਹਿਣਾ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਆ ਫਿਰ ਵੀ ਅਸੀਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਉਹਨਾਂ ਜਦੋਂ ਸਾਡੇ ਕੋਲ ਇੱਥੇ ਖੇਡਣ ਵਾਸਤੇ ਆਏ ਆ ਅਤੇ ਹੁਣ ਅਸੀਂ ਜਿਹੜੀਆਂ ਹਾਰੀਆਂ ਹੋਈਆਂ ਟੀਮਾਂ ਆ ਉਹਨਾਂ ਨੂੰ ਜਿਹੜਾ ਆ ਅਸੀਂ ਪ੍ਰਾਈਜ਼ ਦੇਣੇ ਆ ਅਤੇ ਉਸ ਤੋਂ ਬਾਅਦ ਫਿਰ ਲੜਾਈਆਂ ਵੀ ਪਾਈਆਂ ਜਾਊਗੀਆਂ ਬਹੁਤ ਬਹੁਤ ਮੁਬਾਰਕਾਂ ਸੀਮਾਧਾਰੀ ਵਾਲਿਆਂ ਨੂੰ ਕਰੋ ਇੰਜੋਏ ਜਿੰਦੇ ਬਹਾਦਰ ਹੋ ਆਪਦੇ ਅਲੱਗ ਕਰ ਪ੍ਰੋਗਰਾਮ ਕੀ ਹੈ ਸਾਡਾ ਇਨਾਮ ਦੇਣੇ ਅਸੀਂ ਓਕੇ ਜੀ ਥੈਂਕ ਯੂ ਆਜੋ ਜੀ ਦੋ ਹੀ ਜਣੇ ਦੇਖ ਲਓ ਤੁਹਾਡੇ ਸਾਹਮਣੇ ਦੋ ਹੀ ਪਰਚੀਆਂ ਤੁਹਾਡੀਆਂ ਠੀਕ ਹੈ ਜੀ ਇੱਕ ਤਾਂ ਸੀਮਾਧਾਰੀ ਇੱਕ ਤਾਂ ਇਹਨੂੰ ਠੀਕ ਹੈ ਜੀ ਆਪਦੇ ਇੱਥੇ ਸਾਰੇ ਖੜੇ ਕਰ ਲਓ ਸਾਹਮਣੇ ਟਾਈਮ ਤੁਸੀਂ ਇੱਧਰਲੇ ਪਾਸੇ ਆ ਜਾਓ ਆਪਾਂ ਚਲੋ ਹੁਣ ਕੀ ਕਰ ਸਕਦੇ ਹਾਂ ਵੀਡੀਓ ਲਾਈਵ ਚੱਲ ਰਿਹਾ ਆ ਉਹਨਾਂ ਦਾ ਉਹਨਾਂ ਦੀ ਪਰਚੀ ਪਾਉਣੀ ਨੀ ਬੱਚ ਕਿਉਂਕਿ ਉਹਨਾਂ ਦੀ ਕੱਲ ਦੀ ਬਾਈਕ ਨਿਕਲੀ ਹਾਂਜੀ ਉਹ ਬਾਈਕ ਗਏ ਹੋ ਇਹਨਾਂ ਦੇ ਵਿੱਚੋਂ ਮਤਲਬ ਆਪਾਂ ਦੋ ਹੀ ਪਰਚੀਆਂ ਪਾਤੀਆਂ ਇੱਕ ਨਿਆਣੇ ਤੋਂ ਛੋਟੇ ਤੋਂ ਬੱਚੇ ਤੋਂ ਇੱਕ ਪਰਚੀ ਚੁਕਾ ਦੇ ਗਏ
ਜਿਹੜੀ ਬਰਤੀ ਨਿਕਲੇ ਹੁਣ ਖੇਲਣਾ ਹੁਣ ਖੇਲਣਾ ਜਿਹੜੀ ਬਰਤ ਰਹਿ ਗਈ ਇੱਕ 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 ਅਗਲਾ ਵਾਲੀਬਾਲ ਵਾਲੀਬਾਲ ਬਾਸ ਲੋ